अच्छी टीवी ने जुड़ चुके सारे प्यारे प्यारे स्रोतियां दा कांछी टीवी दे बेड़े विच स्वागत है जी। आशा माल जी वालों सारिआं नूं प्यारी प्यारी मिठी मिठी निघी निघी जय गुरदेव जय स्वामी वाल्मीकि जी जय भीम सत श्री अकाल नमस्कार अदब नाल अदाब कहिंदे हुए हमेशा दी जे तरह गल्लां बातां च हाजिर होए हां। ते साडे पहलां असीं अपने संतां दा जिन्ने भी साडे संत गुरु हैगे आ संत उच्चे वाले बापू मंगलदास जी ते संत बल्लांवाले ते होर भी जिन्ने साडे संत गुरु हैगे आ सारिआं नूं असीं प्रणाम भी करदे हाँ ते प्यारी प्यारी मिठी मिठी जय गुरदेव भी कहिंदे हाँ। ते अज बहुत सोहणा देखो जी अज गुरपुरिआ गुरु नानक देव जी उहनां दा जन्म दिवस अज जिद्दां कहिंदे आ वी सतगुरु नानक प्रगटिआ मिट्टी धुंद पई चानण होइआ। ते अज मैं इह गल्लां करूंगी ते थोड़ी जी गल शुरू करदी आ। कहिंदे आ माता तृप्ता दी गोद नूं भाग लगा माता तृप्ता दी गोद नूं भाग लगा नानक जिहा संसार ते पीर आया चौं कुंडां विच रोशनी पाउण खातर भैण नानकी दा प्यारा वीर आया भागां भरी तलवंडी दे भाग जागे आलमगीरां दा आलमगीर आया धुंद पापां दी उड़ गई खंभ ला के सूरज ज्ञान दा दुनिया ते अनछाया बद्दल सच दा नानक नूं लोक आखण बद्दल सच दा नानक नूं लोक आखण तपदे मना ते मीह बरसाउण आया जख्म संगे दे कईयां दे मनां अंदर उन्हां दे मनां ते मरम लगाउण आया मझियां चार दा कड़कदी धुप अंदर झोका हवा दा उहनूं सवाउण आया परछावां खिसकिआ मूँह ते धुप आ गई फनियर सप तों छां कराउण आया पांदा नानक नूं आया पढ़ाउण दे लई उल्टा पांदे नूं सबक पढ़ा दित्ता पांदा इक तों आ के भुल जांदा। हांजी अगे हांजी कोल वाल वधदे आ। हैलो जी कांछी टीवी दे बेड़े विच स्वागत है जी। ਹੈਲੋ ਜੀ ਮੈਂ ਮਦਨ ਵਿੱਚ ਬੋਲਦਾ ਸੀ ਲਿਸਟਰ ਤੋਂ। ਹਾਂਜੀ ਮਦਨ ਵਿੱਚ ਜੀ ਤੁਹਾਨੂੰ ਮੈਂ ਲੱਖ ਲੱਖ ਸਮੂਹ ਜਗਤ ਨੂੰ ਬਾਬਾ ਨਾਨਕ ਦੇਵ ਜੀ ਵਧਾਈਆਂ ਦਿੰਦਾ। ਹਾਂਜੀ ਤੁਹਾਨੂੰ ਵੀ ਜੀ ਲੱਖਾਂ ਲੱਖਾਂ ਵਧਾਈਆਂ ਹੋਣ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਦੀਆਂ। ਹਾਂਜੀ ਹਾਂਜੀ ਤੇ ਮੈਂ ਚੰਦ ਲਾਈਨਾਂ ਬੋਲਣ ਚਾਹਨਾ ਜੀ। ਹਾਂਜੀ ਬਾਬੇ ਨਾਨਕ ਦੇ ਜੀ ਕਹਿੰਦੇ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਜੀ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਜੀ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਖੱਤਰੀ ਘਰਾਣੇ ਵਿੱਚ ਜਨਮ ਹੈ ਪਾਇਆ ਜੀ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਬਾਬਾ ਜੀ ਦੀ ਲੀਲਾ ਅਪਰੰਪਾਰ ਬਾਬਾ ਜੀ ਦੀ ਲੀਲਾ ਅਪਰੰਪਾਰ ਬਾਲੇ ਤੇ ਮਰਦਾਨੇ ਦਾ ਵੀ ਕੀਤਾ ਬੇੜਾ ਪਾਰ ਬਾਲੇ ਤੇ ਮਰਦਾਨੇ ਦਾ ਵੀ ਕੀਤਾ ਬੇੜਾ ਪਾਰ ਮੱਕਾ ਮਦੀਨਾ ਐਸਾ ਦਿਖਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਬਾਬਾ ਜੀ ਨੇ ਕੀਤੇ ਵੱਡੇ ਵੱਡੇ ਕਾਰੇ ਦੁਨੀਆ ਦੇ ਡੁੱਬਦੇ ਬੇੜੇ ਤਾਰੇ ਬਾਬਾ ਜੀ ਨੇ ਕੀਤੇ ਵੱਡੇ ਵੱਡੇ ਕਾਰੇ ਦੁਨੀਆ ਦੇ ਡੁੱਬਦੇ ਬੇੜੇ ਤਾਰੇ ਤੇਰਾਂ ਤੇਰਾਂ ਦਾ ਸੱਪ ਹੈ ਪੜਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਬਾਬੇ ਆ ਕੇ ਜੱਗ ਵਿੱਚ ਐਸਾ ਨਾਮ ਚਮਕਾਇਆ ਬਾਬਾ ਜੀ ਨੇ ਆ ਕੇ ਜੱਗ ਵਿੱਚ ਐਸਾ ਨਾਮ ਚਮਕਾਇਆ ਮਾਈ ਭਾਗੋ ਤੇ ਲਾਲੋ ਦੇ ਭੋਜਨ ਵਿੱਚ ਫਰਕ ਦਿਖਾਇਆ ਮਾਈ ਭਾਗੋ ਤੇ ਲਾਲੋ ਦੇ ਭੋਜਨ ਵਿੱਚ ਫਰਕ ਦਿਖਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ ਸਫਲ ਬਣਾਇਆ ਅਸਾਂ ਗੁਰਬਾਣ ਖੱਤਰੀ ਘਰਾਣੇ ਵਿੱਚ ਜਨਮ ਹੈ ਪਾਇਆ ਖੱਤਰੀ ਘਰਾਣੇ ਵਿੱਚ ਜਨਮ ਹੈ ਪਾਇਆ ਧੰਨ ਗੁਰ ਬਾਬਾ ਨਾਨਕ ਦੇਵ ਜੀ ਆਇਆ ਅਸਾਂ ਗੁਰਬਾਣੀ ਪੜ੍ਹ ਪੜ੍ਹ ਜੀਵਨ थैंक यू बदल बेद जी बहुत सोहनी तुसी जिहड़ी कविता बोली आ बहुत वधिया सीगी।
ਤੇ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਲੱਖਾਂ ਲੱਖਾਂ ਵਧਾਈਆਂ ਦਿੰਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਦੇ। ਦੇਖੋ ਜੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਉਹਨੇ ਚਾਨਣ ਕਰ ਦਿੱਤਾ ਸੀਗਾ। ਅੱਗੇ ਕੋਲ ਵੱਲ ਵੱਧਦੇ ਹਾਂ। ਹੈਲੋ ਜੀ, ਕਾਂਛੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਵਧਾਈਆਂ ਨੇ, ਸਾਰੀ ਦੀਨ ਦੁਨੀਆਂ ਨੂੰ ਵਧਾਈਆਂ। ਹਾਂਜੀ ਭਜਨ ਕੌਰ ਜੀ, ਗੁਰੂ ਪੀਰਾਂ ਦੀਆਂ, ਮਹਾਂਪੁਰਸ਼ਾਂ ਦੀਆਂ, ਬਾਬੂ ਦਾਤਾ ਵਧਾਈ ਰੱਖੇ, ਸੱਚੇ ਪਾਤਸ਼ਾਹ ਸੁੱਖਾਂ ਦੇ ਲਿਆਵੇ ਦੇ ਦਿਹਾੜੇ ਜੀ। ਅੱਛਾ ਬਾਬੇ ਨਾਨਕ ਦੀ ਥੋੜੀ ਜਿਹੀ ਉਸਤ ਕਰ ਲਈਏ, ਜਿੰਨੀ ਉਸਤ ਕਰੀਏ ਥੋੜੀ ਹੈ। ਹਾਂਜੀ ਹਾਂ। ਬੇਬੇ ਨਾਨਕੀ ਨੇ ਫੁਲ ਤਵਾ ਫੁਲ ਕੇ ਤਵੇ ਤੇ ਪਾਇਆ, ਫੁਲਕਾ ਫੁਲੇ ਉੱਤੇ ਆਇਆ, ਬਾਬੇ ਨਾਨਕ ਕੁੰਡਾ ਖੜਕਾਇਆ, ਅੱਜ ਤੇਰਾ ਵੀਰ ਜੁਆਈ, ਮੁੱਖੋਂ ਤੇ ਬੋਲੇ ਭੈਣ ਨਾਨਕੀ, ਅੰਦਰੋਂ ਕੁੰਡਾ ਖੋਲ ਬਣ ਕੇ ਫਕੀਰ ਜੁਆਈ, ਉਹ ਫੁਲਕਾ ਦੇ ਦੇ ਛੇਤੀ ਨਾਲ ਜਿਹੜਾ ਸਾਡੇ ਲਈ ਤਿਆਰ ਕਰਾਇਆ, ਮੁੱਖੋਂ ਤੇ ਬੋਲੇ ਭੈਣ ਨਾਨਕੀ, ਅੰਦਰੋਂ ਕੁੰਡਾ ਖੋਲ ਤੇ ਅੱਜ ਤੇ ਵੀਰ ਜੁਆਇਆ, ਭੈਣ ਨਾਨਕੀ ਅੰਦਰੋਂ ਕੁੰਡਾ ਖੋਲੇ, ਭੈਣ ਨਾਨਕੀ ਅੰਦਰੋਂ ਫੁੱਲ ਕੁੰਡਾ ਖੋਲੇ, ਸਤਿਕਰ ਤਾਰ ਮੁਖ ਤੋਂ ਬੋਲੇ, ਸਤਿਕਰ ਤਾਰ ਮੁਖ ਤੋਂ ਬੋਲੇ, ਉਹ ਫੁਲਕਾ ਦਿੱਤਾ ਵੀਰ ਨੂੰ, ਉਹ ਫੁਲਕਾ ਦਿੱਤਾ ਵੀਰ ਨੂੰ, ਵੀਰ ਨੇ ਰੱਬ ਦਾ ਨਾਮ ਤੇ ਆਇਆ, ਬੇਬੇ ਨਾਨਕੀ ਜੀ ਅੰਦਰੋਂ ਕੁੰਡਾ ਖੋਲ ਤੇ ਅੱਜ ਤੇਰਾ ਵੀਰ ਜੁਆਇਆ, ਗਲ ਵਿੱਚ ਪਾ ਕੇ ਮਾਲਾ ਆਇਆ, ਗਲ ਵਿੱਚ ਪਾ ਕੇ ਮਾਲਾ ਆਇਆ, ਤੇ ਬਣ ਕੇ ਫਕੀਰ ਜੁਆਇਆ, ਉਹ ਫੁਲਕਾ ਦੇ ਦੇ ਸਚਤੀ ਨਾਲ ਜਿਹੜਾ ਸਾਡੇ ਲਈ ਤਿਆਰ ਕਰਾਇਆ, ਭੈਣੇ ਯਾਦ ਕੀਤਾ ਤੇ ਵੀਰ ਨੇ ਆ ਨੀ ਕੁੰਡਾ ਖੜਕਾਇਆ। ਹਾਂਜੀ ਹਾਂਜੀ। ਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਜਾਂਦਾ, ਦਾਤਾ ਜਾਨੀ ਜਾਨ ਹੁੰਦੇ ਨੇ, ਜਾਣੀ ਜਾਣ ਜੀ, ਸਹੀ ਗੱਲ ਹੈ। ਗੁਰੂ ਨਾਨਕ ਜੀ ਹਾਜ਼ਰ ਹੋ ਜਾਂਦੇ ਸੀ, ਹਾਜ਼ਰ ਹੋ ਜਾਂਦੇ ਹੁੰਦੇ ਸਨ ਜੀ, ਉਹਨਾਂ ਦੀ ਗੱਲ ਸਾਰੀ ਮੰਨਦੇ ਹੁੰਦੇ। ਹਾਂਜੀ ਮੰਨਦੇ ਸੀ। ਬੇਬੇ ਨਾਨਕੀ ਨੇ ਕਿਹਾ ਹਾਂਜੀ ਕਿ ਵੀਰ ਜੀ ਮੈਂ ਅੱਜ ਕੋਈ ਤੁਹਾਡੇ ਕੋਲੋਂ ਮੰਗਣਾ ਚਾਹੁੰਦੀ ਹਾਂ। ਹਾਂਜੀ ਹਾਂਜੀ। ਬਾਬੇ ਨਾਨਕ ਨੇ ਕਿਹਾ ਬੇਬੇ ਜੀ ਤੁਸੀਂ ਮੰਗੋ, ਅਸਾਂ ਕਦੇ ਨਾ ਵੀ ਕੀਤੀ ਹੈ। ਹਾਂ ਬਾਬੇ ਨਾਨਕ ਉਹਨਾਂ ਨੂੰ ਪਤਾ ਲੱਗ ਗਿਆ ਸੀ, ਪਤਾ ਲੱਗ ਗਿਆ ਸੀ। ਹਾਂਜੀ ਹਾਂਜੀ। ਤੇ ਬਾਬੇ ਨਾਨਕ ਉਹਨਾਂ ਦੀ ਸਾਸੂਲਾਂ ਦੇ ਦੇਦੀ ਰਹਿੰਦੀ ਸੀ ਹਮੇਸ਼ਾ ਬੇਬੇ ਨਾਨਕੀ। ਹਾਂਜੀ। ਤੁਹਾਨੂੰ ਕਹਿਣਾ ਮਾਸੀ ਜੀ ਹਮੇਸ਼ਾ ਤੁਸੀਂ ਲਾਂਬੇ ਦਿੰਦੇ ਹੋ, ਭਾਬੀ ਕੋਲ ਬਥੇਰਾ ਖਾਣ ਦਾ ਕੋਈ ਕਮੀ ਨਹੀਂ, ਪਹਿਨਣ ਦੀ ਕੋਈ ਕਮੀ ਨਹੀਂ ਜੀ। ਕਹਿਣਾ ਵੀਰ ਤੇ ਤੇਰਾ ਉਦਾਸੀਆਂ ਤੇ ਨਾਨਕੀ ਰਹਿੰਦਾ ਹੈ। ਹਾਂਜੀ। ਆ ਤੇ ਮੇਰੀ ਧੀ ਦੇ ਘਰ ਤੇ ਮਾਤਾ ਸੁਲੱਖਣੀ ਦੇ ਘਰ ਤੇ ਕੋਈ ਧੀ ਪੁੱਤ ਵੀ ਨੀ ਹੈਗਾ। ਹਾਂਜੀ। ਉਹਨੇ ਕਿਹਾ ਮਾਸੀ ਜੀ ਆ ਵੀ ਤੁਹਾਡੀ ਇੱਛਾ ਪੂਰੀ ਕਰ ਦਿੱਤੀ ਜਾਏ। ਹਾਂਜੀ ਹਾਂਜੀ। ਫਿਰ ਬਾਬੇ ਨਾਨਕੁਰੀ ਆਏ ਸਾਖੀ ਜੇ ਬੜੀ ਸੱਜੇ ਭਾਈ ਬਾਲਾ ਜੀ ਵਾਲੀ ਜੀ। ਉਹਨਾਂ ਬੇਬੇ ਨਾਨਕੀ ਨੇ ਕਿਹਾ ਵੀਰ ਜੀ ਅੱਜ ਕੁਛ ਮੰਗਣਾ ਚਾਹੁੰਦੀ ਆ। ਬਾਬੇ ਨਾਨਕ ਉਹਨਾਂ ਨੇ ਕਿਹਾ ਬੇਬੇ ਜੀ ਮੰਗੋ, ਕੀ ਮੰਗਣਾ ਚਾਹੁੰਦੇ? ਉਹਨਾਂ ਨੇ ਕਿਹਾ ਵੀਰ ਜੀ ਮੈਨੂੰ ਦੋ ਭਤੀਜੇ ਚਾਹੀਦੇ ਨੇ। ਹਾਂਜੀ। ਬਾਬੇ ਨਾਨਕ ਨੇ ਕਿਹਾ ਲੋ ਚੌਲ ਤੇ ਆਪਣੀ ਭਾਬੀ ਨੂੰ ਦੇ ਦੇਵੋ, ਤੁਹਾਡੇ ਘਰ ਬੇਬੇ ਜੀ ਦੋ ਹੀ ਭਤੀਜੇ ਹੋਣਗੇ ਜੀ। ਤੇ ਫਿਰ ਬਾਬੇ ਨਾਨਕ ਦੇ ਦੋ ਸਪੁੱਤਰ ਨੇ, ਬਾਬਾ ਨਾਨਕ ਰਹਿਮ ਕਰੇ ਸੱਚੇ ਪਾਤਸ਼ਾਹ ਜੀ, ਤੇ ਹੋਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮਾਫ ਕਰੇ ਦੀਨ ਦੁਨੀਆ, ਦੁਨੀਆਂ ਦੇ ਵਾਲੀ ਨੇ ਜੀ। ਚੋਲੇ ਬਦਲ ਬਦਲ ਕੇ ਆਉਂਦੇ ਨੇ, ਗੁਰੂ ਰਵਿਦਾਸ ਜੀ ਵੀ ਘੱਟ ਨਹੀਂ ਸਦਕੇ ਜਾਈਏ, ਉਹਨਾਂ ਦੇ ਗ੍ਰੰਥ ਵਿੱਚ ਵੀ ਬਹੁਤ ਗਿਆਨ ਹੈ। ਹਾਂਜੀ ਸਾਰੇ ਜਿੰਨੇ ਆਏ ਆ ਸਾਗਰ ਤੋਂ ਵੀ ਡੂੰਘੇ ਗਿਆਨ ਜੀ। ਤੇ ਬਾਬਾ ਨਾਨਕ ਸੱਚੇ ਪਾਤਸ਼ਾਹ ਵਾਹਿਗੁਰੂ, ਗੁਰੂ ਰਵਿਦਾਸ ਜੀ ਸਾਰੇ ਗੁਰੂ ਜਿਹੜੇ ਸਭਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਜੀ, ਧੰਨਵਾਦ ਕਰਨੇ ਆ। ਦੁਨੀਆਂ ਤੇ ਲੈ ਆਪ ਆਏ ਨੇ ਤੇ ਦੁਨੀਆਂ ਨੂੰ ਠੰਡ ਪਾਈ ਇਹਨਾਂ ਨੇ। ਹਾਂਜੀ ਹਾਂਜੀ। ਹਾਂ ਤੇ ਦੁਨੀਆਂ ਤੇ ਸ਼ਾਂਤੀ ਲਿਆਂਦੀ ਹੈ ਜੀ। ਬਾਬੇ ਨਾਨਕ ਦੇਵ ਜੀ ਦਾ ਅਵਤਾਰ ਪਹਿਲਾ ਹੈ ਜੀ, ਇਹਨਾਂ ਦਾ ਅਵਤਾਰ ਪਹਿਲਾ ਹੋਵੇਗਾ ਪੰਜਾਬ ਚ, ਸਾਖੀ ਚ ਲਿਖਿਆ ਹੋਇਆ ਹੈ ਜੀ, ਪੰਜਾਬ ਵਿੱਚ ਹੋਵੇਗਾ, ਅਸਲ ਸਿੱਖ ਤੇ ਗਰੀਬ ਬਹੁਤ ਗਰੀਬ ਘਰ ਦੇ ਵਿੱਚ ਜੀ, ਤੇ ਅਸਲ ਪੰਜਾਬ ਚ। ਹਾਂਜੀ ਭਾਈ ਬਾਬੇ ਹੁਣਾਂ ਨੇ ਜਦੋਂ ਪੁੱਛਿਆ ਸੀ ਉਹਨਾਂ ਨੇ ਇਹ ਕੀ ਨਾਂ ਹੈ, ਹਾਂਜੀ ਕੀ ਨਾਂ ਹੈ, ਜਿਹਨਾਂ ਦਾ ਭਾਈ ਪ੍ਰਹਲਾਦ
ਭਗਤਾਂ ਨੇ ਪੁੱਛਿਆ ਸੀ ਤੇ ਬਾਬੇ ਨਾਨਕ ਨੇ ਕਿਹਾ ਕਿ ਭਾਈ ਪ੍ਰਹਲਾਦ ਬਾਬਾ ਪ੍ਰਹਲਾਦ ਕੋਲੋਂ ਪੁੱਛ ਲਓ। ਹਾਂਜੀ ਹਾਂਜੀ। ਫਿਰ ਪ੍ਰਹਲਾਦ ਉਹਨਾਂ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਅਵਤਾਰ ਨਹੀਂ ਹੋਵੇਗਾ ਜੀ, ਇਹ ਪਹਿਲਾਂ ਦੁਨੀਆਂ ਤੇ ਆਉਣਗੇ। ਹਾਂਜੀ। ਸਾਰੀ ਦੁਨੀਆਂ 'ਚ ਜਦੋਂ ਬਹੁਤ ਹੋ ਜਾਏਗਾ ਨਾ, ਹਿੱਲ ਜੁਲ ਕਰ ਯੁੱਗ ਪੈ ਜਾਏਗਾ ਤੇ ਕਿਸੇ ਨੂੰ ਕੋਈ ਕਿਸੇ ਨੇ ਇੱਕ ਦੂਜੇ ਨੂੰ ਸਮਝੇਗਾ ਨੀ, ਰਿਸ਼ਤੇਦਾਰ ਨਾ ਭੁੱਲਣ। ਹਾਂਜੀ। ਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਅਵਤਾਰ ਪੰਜਾਬ 'ਚ ਹੋਵੇਗਾ ਜੀ। ਕੋਈ ਗਲਤੀ ਹੋ ਜਾਏ ਤੇ ਮਾਫ ਕਰਿਓ, ਪਰ ਜਨੇ ਬੜੇ ਪੜੇ ਲਿਖੇ ਸੁਣਦੇ ਨੇ ਪਏ, ਅਸੀਂ ਤੇ ਅਨਪੜ੍ਹ ਇਨਸਾਨ ਆ, ਸਾਨੂੰ ਤੇ ਕੁਝ ਪਤਾ ਹੀ ਕੋਈ ਨਹੀਂ। ਨਹੀਂ, ਤੁਸੀਂ ਬਹੁਤ ਸੋਹਣੀ ਗੱਲ ਕਰਦੇ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਬੁਰਾ ਲੱਗਣ ਵਾਲੀ ਕੋਈ ਗੱਲ ਨੀ ਹਰਭਜਨ ਕੌਰ ਜੀ, ਤੁਸੀਂ ਇੰਨੇ ਪਿਆਰ ਨਾਲ ਆਉਂਦੇ, ਇੰਨੀ ਸੋਹਣੀ ਗੱਲ ਕਰਦੇ ਆ ਤੇ ਬਾਬਾ ਹਰਭਜਨ ਕੌਰ ਜੀ, ਸਤਿਗੁਰ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ, ਤੰਦਰੁਸਤ ਰਹੋ, ਹਮੇਸ਼ਾ ਖੁਸ਼ ਰਹੋ। ਹਾਂਜੀ ਹਰਭਜਨ ਕੌਰ ਜੀ, ਦੇਖੋ ਜੀ ਬਹੁਤ ਸੋਹਣੀ ਗੱਲ ਕਰਕੇ ਜਾਂਦੇ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਜਿੰਨੇ ਸਾਡੇ ਸਰੋਤੇ ਆਉਂਦੇ ਆ ਆਪਣੇ ਵੱਲੋਂ ਬਹੁਤ ਵਧੀਆ, ਜਿੰਨਾ ਵੀ ਸ਼ਬਦ ਵੀ ਬੋਲ ਕੇ ਜਾਂਦੇ ਆ, ਕਵਿਤਾ ਵੀ ਬੋਲਦੇ ਆ, ਗੱਲਬਾਤ ਵੀ ਕਰਦੇ ਆ, ਤਾਂ ਬਹੁਤ ਸੋਹਣੀ ਕਰਦੇ ਆ। ਤੁਸੀਂ ਵੀ ਆ ਸਕਦੇ ਆ ਸਤਿਗੁਰੂ ਨਾਨਕ ਦੇਵ ਜੀ ਦੇ ਆਪਣੇ ਜੇ ਕਹਿੰਦੇ ਵੀ ਸਤਿਗੁਰ ਨਾਨਕ ਪ੍ਰਗਟਿਆ ਅਤੇ ਮਿੱਟੀ ਧੁੰਦ ਜਗ ਚਾਨਣ ਹੋਇਆ, ਅਸੀਂ ਤਾਂ ਚਾਨਣ ਦੀ ਗੱਲ ਕਰਦੇ ਹਾਂ, ਉਹਨਾਂ ਦੇ ਆਉਣ ਨਾਲ ਹੀ ਹੋਇਆ। ਅਤੇ ਅੱਗੇ ਕੋਲ ਵੱਲ ਵੱਧਦੇ ਹਾਂ। ਹੈਲੋ ਜੀ, ਕਾਂਚੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਆ ਜੀ। ਹਾਂਜੀ, ਜੈ ਗੁਰਦੇਵ ਜੀ, ਵਿਚਾਰੀ ਸਿਮਖ ਵੱਲੋਂ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ, ਨਾਨਕ ਤੇ ਮਾਵਾ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ ਸਾਰਿਆਂ ਨੂੰ ਜੀ ਨੂੰ। ਤੇ ਚੰਦ ਲਾਈਨਾਂ ਆਪਣੇ ਅਮਰਜੀਤ ਨੇ ਲਿਖੀਆਂ ਹਨ ਜੀ, ਉਹਨਾਂ ਬਾਰੇ ਕਹਿੰਦੇ ਹਨ ਕਿ ਤੁਰਕੀ ਬਾਣੀ ਆਈ ਹਾਂਜੀ ਨੇ ਸਗਲੀ ਚਿੰਤ ਮਿਟਾਈ, ਇਹ ਬੋਲ ਜੋ ਮੁਖੋਂ ਬੋਲ ਗਿਆ ਹਾਂਜੀ, ਜਪੋ ਉਸ ਗੁਰ ਦੀ ਬਾਣੀ ਨੂੰ ਜੋ ਮੋਦੀ ਖਾਨ ਨੇ ਬੈਠ ਕੇ ਤੇਰਾ ਤੇਰਾ ਤੋਲ ਗਿਆ ਜੀ, ਠਗਾਂ ਨੂੰ ਪਾ ਗਿਆ ਸਿੱਧੇ ਰਾਹ, ਓਡੇ ਰਾਖਸ਼ ਗਿਆ ਚੁਕਾ, ਜੋ ਮੱਕੇ ਵਿੱਚੋਂ ਗੁਜੀਆਂ ਰਮਜਾਂ ਘੋਲ ਗਿਆ ਜੀ, ਜਪੋ ਉਸ ਗੁਰ ਦੀ ਬਾਣੀ ਨੂੰ ਜੋ ਮੋਦੀ ਖਾਨੇ ਵਿੱਚ ਬੈਠ ਕੇ ਤੇਰਾਂ ਤੇਰਾਂ ਤੋਲ ਗਿਆ, ਹਾਂਜੀ ਸੱਚ ਦਾ ਸੌਦਾ ਉਸਨੇ ਕੀਤਾ, ਨਾ ਕੁਮਾਰੀ ਨੂੰ ਉਸਨੇ ਪੀਤਾ ਜੀ, ਟੁੱਟੀਆਂ ਤਕਦੀਰਾਂ ਸਭ ਦੀਆਂ ਜੋੜ ਗਿਆ, ਜਪੋ ਉਸ ਗੁਰ ਦੀ ਬਾਣੀ ਨੂੰ ਜੋ ਮੋਦੀ ਖਾਨੇ ਵਿੱਚ ਬੈਠ ਕੇ ਤੇਰਾਂ ਤੇਰਾਂ ਤੋਲ ਗਿਆ ਜੀ, ਨਿਮਰਤਾ ਦੇ ਜੋ ਦੇ ਗਿਆ ਹੋਕੇ, ਬਲੀਆਂ ਦੇ ਜਿਨ ਪੱਥਰ ਰੋਕੇ ਜੀ, ਦੁਨੀਆਂ ਵਿੱਚ ਰਸ ਬਾਣੀ ਦਾ ਘੋਲ ਗਿਆ, ਜਪੋ ਉਸ ਗੁਰ ਦੀ ਬਾਣੀ ਨੂੰ ਜੋ ਮੋਦੀ ਖਾਨੇ ਬੈਠ ਕੇ ਤੇਰਾਂ ਤੇਰਾਂ ਤੋਲ ਗਿਆ ਜੀ, ਆਖਰੀ ਲਾਈਨਾਂ ਨੇ ਜਾਤ ਪਾਤ ਗਿਆ ਮੁਕਾ ਕੇ, ਹਾਂਜੀ ਕੂੜ ਦਾ ਪਰਦਾ ਗਿਆ ਹਟਾ ਕੇ, ਹਾਂਜੀ ਜੋ ਸਾਨੂੰ ਮਿੱਠੜੇ ਦੇ ਬੋਲ ਗਿਆ, ਜਪੋ ਉਸ ਗੁਰ ਦੀ ਬਾਣੀ ਨੂੰ ਜੋ ਮੋਦੀ ਖਾਨੇ ਬੈਠ ਕੇ ਤੇਰਾਂ ਤੇਰਾਂ ਤੋਲ ਗਿਆ, ਸੋ ਮਹਾਨ ਮਹਾਂਪੁਰਸ਼ਾਂ ਨੂੰ ਹਮੇਸ਼ਾ ਕੋਟ ਕੋਟ ਪ੍ਰਣਾਮ, ਜਿਹਨਾਂ ਦੀ ਬਾਣੀ ਆਪਾਂ ਨੂੰ ਸਿੱਧੇ ਰਾਹੇ ਪਾਉਂਦੀ ਹੈਗੀ ਆ, ਇਹੀ ਬੇਨਤੀ ਕਰਦੇ ਸਾਰਿਆਂ ਨੂੰ, ਉਹਨਾਂ ਦੇ ਬਾਣੀ ਤੇ ਦੱਸੇ ਹੋਏ ਚੱਲ ਕੇ ਆਪਾਂ ਵੀ ਆਪਣਾ ਜੀਵਨ ਸੁਧਾਰ ਲਈਏ ਤੇ ਬਹੁਤ ਹੀ ਸੋਹਣਾ ਸੰਸਾਰ ਬਣ ਸਕਦਾ ਹੈਗਾ। ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਵਧਾਈਆਂ ਦਿੰਦਾ ਹਾਂ, ਥੈਂਕ ਯੂ ਤੁਹਾਡਾ ਕਾਂਸ਼ੀ ਟੀਵੀ ਦਾ, ਸਾਰਿਆਂ ਨੂੰ ਜੈ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ, ਬਹੁਤ ਸੋਹਣਾ ਸ਼ਬਦ ਜਿਹੜਾ ਇਹ ਬੋਲ ਕੇ ਗਏ ਆ, ਤੇਰਾਂ ਤੇਰਾਂ ਜਿਹੜਾ ਤੋਲਦੇ ਸੀ ਉਹ, ਅਤੇ ਹੁਣ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ। ਅਸੀਂ ਕਹਿੰਦੇ ਹਾਂ ਵੀ ਹੁਣ ਇਸ ਟਾਈਮ ਸਾਨੂੰ ਬਹੁਤ ਲੋੜ ਆ, ਮੁੜ ਕੇ ਆ ਜਾਣ ਜਿੰਨੇ ਵੀ ਸਾਡੇ ਸਤਿਗੁਰ ਹੈਗੇ ਆ, ਅਤੇ ਦੁਨੀਆ ਜਿਹੜੀ ਆ ਦੁੱਖ ਤਕਲੀਫਾਂ ਨਾਲ ਗੁਜ਼ਰਦੀ ਆ, ਅਤੇ ਉਹ ਥੋੜ੍ਹੀ ਜਿਹੀ ਤਬਦੀਲੀ ਹੋਵੇ, ਅਤੇ ਤੁਸੀਂ ਵੀ ਆ ਸਕਦੇ ਆ, ਤੁਸੀਂ ਵਧਾਈਆਂ ਦੇ ਸਕਦੇ ਆ, ਸ਼ਬਦ ਪੜ੍ਹ ਸਕਦੇ ਆ, ਗੁਰੂ ਨਾਨਕ ਦੇਵ ਜੀ ਦੀ ਕੋਈ ਵੀ ਗੱਲ ਕਰ ਸਕਦੇ ਆ। ਜਿੱਦਾਂ ਉਹਨੇ ਉਹਨਾਂ ਦੇ ਪਿਤਾ ਨੇ ਪੈਸੇ ਦਿੱਤੇ ਸੀਗੇ ਵਪਾਰ ਕਰਨ ਨੂੰ, ਅਤੇ ਉਹ ਸੱਚਾ ਸੌਦਾ ਕਰ ਆਏ ਸੀਗੇ, ਤਾਂ ਭੁੱਖਿਆਂ ਸਾਧੂਆਂ ਨੂੰ ਕਹਿੰਦੇ ਆ ਵੀ ਜਿੱਦਾਂ ਸਾਰੇ ਸਾਧੂਆਂ ਨੂੰ ਉਹਨੇ ਲੰਗਰ ਲਾਇਆ ਸੀਗਾ, ਅਤੇ ਇਹ ਵੀ ਗੱਲ ਦੇਖੋ ਜੀ ਬਹੁਤ ਵਧੀਆ, ਜ 20 ਰੁਪਈਆਂ ਦਾ ਅਜੇ ਤੱਕ ਉਹ ਲੰਗਰ ਨਹੀਂ ਮੁੱਕਿਆ। ਅੱਗੇ ਕੋਲ ਵੱਲ ਵੱਧਦੇ ਹਾਂ। ਹੈਲੋ ਜੀ, ਕਾਂਛੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਆ ਜੀ। ਹੈਲੋ 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 ਜੀ ਹੈਲੋ ਹੈਲੋ ਜੀ ਹਾਂਜੀ ਜੈ ਗੁਰਦੇਵ, ਧੰਨ ਗੁਰਦੇਵ ਕਮਲਾ ਜੀ, ਠੀਕ ਠਾਕ ਆ। ਨਹੀਂ ਮੈਨੂੰ ਤਾਂ ਬਹੁਤ ਸੋਹਣੀ ਆਉਂਦੀ ਆਵਾਜ਼ ਤੁਹਾਡੀ, ਮੈਨੂੰ ਸੁਣਦੀ ਆ ਪੂਰੀ ਫੁੱਲ ਸੁਣਦੀ ਆ।
ਅੱਛਾ ਹਾਂਜੀ ਠੀਕ ਆ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹਾਂਜੀ ਹੁੰਦੇ ਆ ਸਭ ਨੂੰ ਵਧਾਈਆਂ ਹਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਕਾਂਚੀ ਟੀਵੀ ਦੀ ਟੀਮ ਵੱਲੋਂ ਹਾਂਜੀ ਸ਼ਬਦ ਰੱਖੂਗੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਹਾਂਜੀ ਹਾਂਜੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤਾਰਾ ਬਾਲਾ ਮਰਦਾਨਾ ਉਹਦੇ ਨਾਲ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲ ਖਾਨੇ ਪੀਸਰ ਨੂੰ ਮਿਲਦੇ ਦਾਣੇ ਬਾਬਰ ਦੇ ਜੇਲ ਖਾਨੇ ਪੀਸਰ ਨੂੰ ਮਿਲਦੇ ਦਾਣੇ ਚੱਕੀਆਂ ਤਾਂ ਚੱਲਣੀਆਂ ਕੋ ਆਪ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਪਾਂਧੇ ਕੋਲ ਪਰਨੇ ਪਾਇਆ ਪਾਂਧੇ ਨੂੰ ਆਪ ਪਰਾਇਆ ਪਾਂਧੇ ਕੋਲ ਪਰਨੇ ਪਾਇਆ ਪਾਂਧੇ ਨੂੰ ਆਪ ਪਰਾਇਆ ਪੱਟੀ ਤੇ ਲਿਖਿਆ ਸਭ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਮੱਝੀਆਂ ਕੋਲ ਖੇਤ ਚਰਾਇਆ ਖੇਤ ਚਰਾਇਆ ਸੁੱਕੇ ਨੂੰ ਹਰਾ ਬਣਾਇਆ ਚਰਨੀ ਟੈ ਪਿਆਰੇ ਬੁਲਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪੱਥਰ ਵਿੱਚ ਪੰਜਾ ਲਾਇਆ ਪਾਣੀ ਦਾ ਮਾਣ ਵਧਾਇਆ ਪੱਥਰ ਵਿੱਚ ਪੰਜਾ ਲਾਇਆ ਪਾਣੀ ਦਾ ਮਾਣ ਵਧਾਇਆ ਚਰਨੀ ਟੈ ਪਿਆ ਬਲੀ ਕੰਧਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਨਾਨਕੀ ਉਡੀਕਾਂ ਕਰਦੀ ਹਰ ਹਰ ਫੁੱਲ ਕੇ ਤਰਦੀ ਨਾਨਕੀ ਉਡੀਕਾਂ ਕਰਦੀ ਹਰ ਹਰ ਫੁੱਲ ਕੇ ਤਰਦੀ ਆਪੇ ਖਾਵੋ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹਾਂਜੀ ਆ ਜਾਈਏ ਮੇਰਾ ਸ਼ਬਦ ਸੀਗਾ ਗੁਰੂ ਨਾਨਕ ਦੇਵ ਜੀ ਵੱਲੋਂ ਹਾਂਜੀ ਬਾਕੀ ਜਿੰਨੇ ਵੀ ਸੁਣਦੇ ਆ ਸਾਰਿਆਂ ਨੂੰ ਮੇਰੀ ਪਿਆਰ ਭਰੀ ਕਿਹਾ ਗੁਰਦੇਵ ਤੁਹਾਨੂੰ ਵੀ ਬਾਕੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਹਾਂਜੀ ਤੁਹਾਨੂੰ ਵੀ ਜੀ ਕਿੰਨਾ ਕੁਛ ਸਾਨੂੰ ਸਿੱਖਿਆ ਸਿਖਾ ਕੇ ਗਏ ਹਾਂਜੀ ਹਾਂਜੀ ਜੇ ਆਪਾਂ ਉਹਨਾਂ ਦੇ ਬੱਚਿਆਂ ਦੇ ਚਲੀਏ ਸਾਰੇ ਜਣੇ ਦਾ ਕੋਈ ਵੀ ਨਹੀਂ ਹੋ ਸਕਦਾ ਅਧੂਰਾ ਸਭ ਰਾਜੀ ਖੁਸ਼ੀ ਆਪਣੇ ਘਰ ਦੇਖੋ ਹਨਾ ਹਾਂਜੀ ਤੇ ਕਿਉਂਕਿ ਜਦੋਂ ਕਹਿੰਦੇ 20 ਰੁਪਏ ਦਿੱਤੇ ਸੀ ਉਹਨਾਂ ਦੇ ਨਾਲ ਸਾਧੂਆਂ ਨੂੰ ਲੰਗਰ ਛਕਾਇਆ ਸੀਗੇ ਅਜੇ ਤੱਕ ਚੱਲਦਾ ਝਰਕਾਂ ਵੀ ਪਾਣੀਆਂ ਪਈਆਂ ਹਨ ਹਾਂਜੀ ਹਾਂਜੀ ਤਾਂ ਦੇਖੋ ਉਹੀ ਲੰਗਰ ਦੇਖੋ ਜੀ ਕਿੰਨਾ ਅੱਜ ਤੋਂ ਗੁਰਦੁਆਰਿਆਂ ਚ ਸਭ ਪਾਸੇ ਦੇਖੋ ਵੱਧ ਰਿਹਾ ਆ ਨਾ ਤੇ ਬਹੁਤ ਹੀ ਉਹਨਾਂ ਦੇ ਉਪਕਾਰ ਸਾਡੇ ਤੇ ਸਾਰਿਆਂ ਤੇ ਹਾਂਜੀ ਉਹਨਾਂ ਨੇ ਜੋ ਵੀ ਕੀਤਾ ਆ ਬਹੁਤ ਹੀ ਬਹੁਤ ਅੱਛਾ ਕੀਤਾ ਸਾਧਨਾ ਦੇ ਜੀ ਤਾਂ ਹਾਂਜੀ ਮੇਰਾ ਪਹਿਲਾਂ ਕੇ ਕਹਿਣਾ ਤੇ ਬਾਕੀ ਆਪਾਂ ਸੁਣਦੇ ਆ ਹੋਰ ਸਾਰਿਆਂ ਨੂੰ ਜੀ ਜੈ ਗੁਰਦੇਵ ਧੰਨ ਗੁਰਦੇਵ ਕਮਲਾ ਜੀ ਬਹੁਤ ਸੋਹਣਾ ਸ਼ਬਦ ਜਿਹੜਾ ਤੁਸੀਂ ਕਿਹਾ ਆ ਹਾਂਜੀ ਅਤੇ ਦੇਖੋ ਜੀ ਗੱਲਾਂ ਬਹੁਤ ਆ ਕਰਨੇ ਵਾਲੀਆਂ ਤੁਸੀਂ ਮੇਰੇ ਕੋਲ ਵੀ ਬਹੁਤ ਹੈਗੀਆਂ ਆ ਪਰ ਮੈਂ ਚਾਹੁੰਦੀ ਹਾਂ ਅੱਜ ਮੈਂ ਤੁਹਾਡੇ ਤੋਂ ਸੁਣਾ ਅੱਗੇ ਕੋਲ ਵੱਲ ਵੱਧਦੇ ਹਾਂ ਹੈਲੋ ਜੀ ਕਾਂਛੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਆ ਜੀ ਹੈਲੋ ਜੀ ਹੈਲੋ ਹੈਲੋ ਜੀ ਜੈ ਗੁਰਦੇਵ ਆਸ਼ਾ ਮਾਲ ਜੀ ਜਗਿੰਦਰ ਮੇਲ ਜੀ ਵੀ ਬੋਲਦਾ ਜੀ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਵੀਰ ਜੀ ਸਭ ਤੋਂ ਪਹਿਲਾਂ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੂਹ ਜਗਤ ਨੂੰ ਔਰ ਆਪ ਨੂੰ ਸਭ ਸਮੂਹ ਸਾਗਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੀ ਤੁਹਾਨੂੰ ਵੀ ਵੀਰ ਜੀ ਹਾਂਜੀ ਹਾਂਜੀ ਜੈ ਲਾਈਨਾ ਜੀ ਜੀ ਵਿੱਚ ਨਨਕਾਣੇ ਜਨਮ ਤਾਰਿਆ ਹੋਈਆਂ ਨੇ ਰੁਸ਼ਨਾਈਆਂ
ਵਿੱਚ ਨਨਨ ਕਾਣੇ ਜਨਮ ਤਾਰਿਆ ਹੋਈਆਂ ਨੇ ਰਚਨਾਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਦਰਸ਼ਨ ਕਰਕੇ ਸਤਿਗੁਰ ਦੇ ਖੁਸ਼ ਹੋ ਗਏ ਦੌਲਤਾਂ ਦਾਈ ਦਰਸ਼ਨ ਕਰਕੇ ਸਤਿਗੁਰ ਦੇ ਖੁਸ਼ ਹੋ ਗਏ ਦੌਲਤਾਂ ਦਾਈ ਕਹਿੰਦੀ ਰੱਬ ਨੇ ਦਰਸ਼ਨ ਕਰਕੇ ਸਫਲਾ ਹੋਈ ਕਮਾਈ ਕਹਿੰਦੀ ਰੱਬ ਦੇ ਦਰਸ਼ਨ ਕਰਕੇ ਸਫਲਾ ਹੋਈ ਕਮਾਈ ਬੋਲ ਬੋਲ ਸਾਉਂਦੇ ਦੇਵੀ ਦੇਵਤੇ ਅਰਸ਼ਾਂ ਭਰੀਆਂ ਆਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਦਾਈ ਦੌਲਤਾਂ ਖੁਸ਼ੀਆਂ ਦੇ ਪਜਤਾਤੀ ਪੈਰ ਨ ਲਾਵੇ ਦਾਈ ਦੌਲਤਾਂ ਖੁਸ਼ੀਆਂ ਦੇ ਪਜਤਾਤੀ ਪੈਰ ਨਾ ਲਾਵੇ ਸੋਹਣੇ ਮੁਖੜੇ ਬਾਲਕ ਨੂੰ ਉਹ ਚੁੱਕ ਚੁੱਕ ਸੀਨੇ ਲਾਵੇ ਸੋਹਣੇ ਮੁਖੜੇ ਬਾਲਕ ਨੂੰ ਉਹ ਚੁੱਕ ਚੁੱਕ ਸੀਨੇ ਲਾਵੇ ਕਹਿੰਦੀ ਆਸ ਹੋਈਆਂ ਪੂਰੀਆਂ ਪੂਰੀਆਂ ਦਾਤਾ ਰੱਬ ਨੇ ਪਾਈਆਂ ਕਹਿੰਦੀ ਆਸਾਂ ਹੋਈਆਂ ਪੂਰੀਆਂ ਦਾਤਾਂ ਰੱਬ ਤੋਂ ਪਾਈਆਂ ਮਾਤਾ ਕਲਸ਼ਾਂ ਨੂੰ ਲੁੱਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਜੱਗ ਵਿੱਚ ਹੋਇਆ ਚਾਨਣ ਸਾਰੇ ਸਤਿਗੁਰੂ ਨਾਨਕ ਆਏ ਜੱਗ ਵਿੱਚ ਹੋਇਆ ਚਾਨਣ ਸਾਰੇ ਸਤਿਗੁਰੂ ਨਾਨਕ ਆਏ ਜਨਮ ਚੁਲਮ ਵੇਚ ਕਰੇ ਹੁਣ ਹਟ ਗਏ ਸੱਚ ਦੇ ਸਬਕ ਪੜਾਏ ਜ਼ੁਲਮ ਵਿੱਚ ਗਏ ਹੁਣ ਹਟ ਗਏ ਸੱਚ ਦੇ ਸਬਕ ਪੜਾਏ ਸੱਚ ਦੇ ਰਾਹੇ ਪਾਇਆ ਸਭ ਨੂੰ ਉਹਦੀਆਂ ਏ ਵਡਿਆਈਆਂ ਸੱਚ ਦੇ ਰਾਹੇ ਪਾਇਆ ਸਭ ਨੂੰ ਉਹਦੀਆਂ ਏ ਵਡਿਆਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਇਹ ਜੋਗੀ ਮਿੱਠੇ ਪੁਰੀਏ ਵਰਗੇ ਲੱਖਾਂ ਪਾਪੀ ਤਾਰੇ ਇਹ ਜੋਗੀ ਮਿੱਠੇ ਪੁਰੀਏ ਵਰਗੇ ਲੱਖਾਂ ਪਾਪੀ ਤਾਰੇ ਪਾਪੀ ਪਾਪ ਕਮਾਉਣੋਂ ਹਟ ਗਏ ਤਪਦੇ ਹਿਰਦੇ ਠਾਰੇ ਪਾਪੀ ਪਾਪ ਕਮਾਉਣੋਂ ਹਟ ਗਏ ਤਪਦੇ ਹਿਰਦੇ ਠਾਰੇ ਸੁਣ ਕੇ ਬਾਣੀ ਗੁਰੂ ਨਾਨਕ ਦੀ ਕਰ ਲੋ ਸਫਲ ਕਮਾਈਆਂ ਸੁਣ ਕੇ ਬਾਣੀ ਗੁਰੂ ਨਾਨਕ ਦੀ ਕਰ ਲੋ ਸਫਲ ਕਮਾਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਵਿੱਚ ਨਨਕਾਣੇ ਜਨਮ ਤਾਰਿਆ ਹੋਈਆਂ ਨੇ ਰਚਨਾਈਆਂ ਵਿੱਚ ਨਨਕਾਣੇ ਜਨਮ ਤਾਰਿਆ ਹੋਈਆਂ ਨੇ ਰਚਨਾਈਆਂ ਮਾਤਾ ਕਲਸ਼ਾਂ ਨੂੰ ਲੋਕ ਆਉਂਦੇ ਦੇਣ ਵਧਾਈਆਂ ਮਾਤਾ ਕਲਸ਼ਾਂ ਨੂੰ ਜੈ ਕਰ ਦੇਵ ਧੰਨਕ ਦੇ ਵੀਰ ਜੀ ਬਹੁਤ ਸੋਹਣੀ ਜਿਹੜੀ ਤੁਸੀਂ ਕਵਿਤਾ ਪੜ੍ਹੀ ਆ ਅਤੇ ਤੁਸੀਂ ਵੀ ਆ ਸਕਦੇ ਹਾਂ ਅੱਜ ਵਧਾਈਆਂ ਦਾ ਦਿਨ ਆ ਗੁਰੂ ਨਾਨਕ ਦੇਵ ਜੀ ਪ੍ਰਗਟੇ ਸੀਗੇ ਜਿੱਦਾਂ ਉਹਨਾਂ ਦਾ ਕਹਿੰਦੇ ਸੀਗੇ ਜਿੱਦਾਂ ਬਹੁਤ ਖੁਸ਼ੀ ਦੀ ਗੱਲ ਆ ਜਿੱਦਾਂ ਹੈ ਨਾ ਉਹਨਾਂ ਨੇ ਉਹ ਆਏ ਤਾਂ ਕਿਤੇ ਸਾਰਾ ਰਾਜ ਜੱਗ ਜਿਹੜਾ ਰੁਸ਼ਨਾ ਗਿਆ ਸੀਗਾ ਅਤੇ ਧੁੰਦ ਪਈ ਉਹ ਜਿਹੜੀ ਉਹ ਹਟ ਗਈ ਸੀਗੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋ ਜਾ ਇੱਦਾਂ ਦਾ ਚਾਨਣ ਜਿਹੜਾ ਸੀਗਾ ਅਸੀਂ ਫੇਰ ਦੇਖਣਾ ਚਾਹੁੰਦੇ ਹਾਂ ਉਹ ਫੇਰ ਆਉਣ ਫੇਰ ਉਹੀ ਟਾਈਮ ਆਵੇ ਫਿਰ ਉਹੀ ਗੱਲਾਂ ਹੋਣ ਅਤੇ ਅਸੀਂ ਉਹਨਾਂ ਦੇ ਜੇ ਇੱਕ ਇੱਕ ਗੱਲ 'ਤੇ ਵੀ ਅਸੀਂ ਗੌਰ ਕਰੀਏ ਤਾਂ ਬਹੁਤ ਦੂਰ ਤੱਕ ਅਸੀਂ ਪਹੁੰਚ ਸਕਦੇ ਹਾਂ ਅੱਗੇ ਕੋਲ ਵੱਲ ਜਾਂਦੇ ਹਾਂ ਹੈਲੋ ਜੀ ਕਾਂਛੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਹੈ ਜੀ ਹੈਲੋ ਜੀ ਭੈਣ ਜੀ ਜੈ ਗੁਰਦੇਵ ਧੰਨ ਗੁਰਦੇਵ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਆਪਣੇ ਹਾਂਜੀ ਮੈਂ ਗੁਰਮੀਤੋਂ ਸੁਣ ਬੋਲਦੀ ਗੁਰਮੀਤੋਂ ਸੁਣ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਮੈਂ ਕਿਹਾ ਜੀ ਧੰਨਗੁਰ ਮਹਾਰਾਜ ਜੀ ਦੇ ਜਨਮ ਉਤਸਰ ਆ ਅਤੇ ਧੰਨਗੁਰ ਨਾਨਕ ਦੇਵ ਜੀ ਦੇ ਧਰਮ ਜਨਮ ਉਤਸਰ ਪਰ ਸਾਰੇ ਜਗਤ ਨੂੰ ਸਾਡੇ ਪਰਿਵਾਰ ਵੱਲੋਂ ਸਾਰਿਆਂ ਨੇ ਲੱਖ ਲੱਖ ਵਾਰੀ ਵਧਾਈਆਂ ਹਾਂਜੀ ਤੁਹਾਨੂੰ ਵੀ ਜੀ ਕਾਂਛੀ ਟੀਵੀ ਮੈਨੇਜਮੈਂਟ ਵੱਲੋਂ ਟੀਮ ਵੱਲੋਂ ਹਾਂਜੀ ਇਦਾਂ ਹੀ ਮਨਾਏ ਜਾਣ ਹਾਂਜੀ ਜਿੰਨੇ ਸੰਗਤ ਪੰਗਤ ਸਭ ਰਾਜੀ ਖੁਸ਼ੀ ਰਹੇ ਹਾਂਜੀ ਸਾਰੇ ਤੰਦਰੁਸਤ ਰਹਿਣ ਜੀ ਬਹੁਤ ਵਧੀਆ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਹੈ ਨਾ ਇਸ ਅੱਜ ਤੁਸੀਂ ਬਣਾਇਆ ਤੇ ਪ੍ਰੋਗਰਾਮ ਰੱਖਿਆ ਆ ਮੈਂ ਜਿਹੜੇ 20 ਰੁਪਈਏ ਲੈ ਕੇ ਮਹਾਰਾਜ ਨੇ ਉਹਨਾਂ ਦੇ ਪਿਤਾ ਜੀ ਨੇ ਕੰਧੇ ਤੇ ਵਪਾਰ ਕਰਦੇ ਨੇ ਉਹਨੇ ਹੱਕ ਸੱਚ ਦਾ ਵਪਾਰ ਕੀਤਾ ਜੀ
अपने मोस्तियां कीतियां धन गुरु नानक देव जी हां जी हां जी होर लख लख वारी बधाइयां मैं ये कहूंगी भैन नानकी जो कहती है जो कपड़े कहते भैन नानकी वीर याद कर दी भैन नानकी वीर याद कर दी फल पायो सरिया वीर दे खाण वाला फुल काय तरियार दे खाण वाला ये भैणा भरावां दा सिगा भैण नानकी नानक देव जी नूं हर वेले याद करदी याद करदी सी हांजी जय गुरदेव धन गुरदेव गुरमीत सोहन जी तुहानू भी बहुत बहुत बधाइयां होण ते सारे जिन्ने साडे स्रोते आ जिन्ने भी टैलीफोन भी करदे आ जिहड़े चुप करके भी सुणदे आ ते कांछी टीवी दी मैनेजमेंट वालों टीम वालों सारिआं नू बहुत बहुत बधाइयां होण लखां लखां बधाइयां होण जिदां कहण वाले ने जिदा लिखण वाले ने बहुत कई कुछ लिख दिता है अगे कोल वाल वधदे हां हैलो जी कांछी टीवी दे बेड़े विच स्वागत है जी सत श्री अकाल जी सत श्री अकाल बिंद्रा जी थैंक यू जी बहुत बहुत शुक्रिया हाँ जी अज धन धन श्री गुरु नानक देव जी के प्रकाश पुरब दियां हाँ जी सारे ने बहुत बहुत बधाइया हाँ जी थानू भी लखा लखा बधाइया जी ते मैं पहला ਕਵਿਤਾ ਪੇਸ਼ ਕਰਦਾ ਜੀ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਨ ਜਗ ਚਾਨਣ ਹੋਆ ਹਾਂਜੀ ਹਾਂਜੀ ਜੋ ਕਰ ਸੂਰਜ ਨਿਕਲਿਆ ਸਾਰੇ ਛਿਪੇ ਅੰਧੇਰ ਭਲੋਆ ਜੀ ਮਿੰਦਰਾ ਜੀ ਪਿੱਛੇ ਆਵਾਜ਼ ਟੀਵੀ ਦੀ ਘੱਟ ਕਰ ਲਓ ਹਾਂਜੀ ਮੈਂ ਕਵਿਤਾ ਸ਼ੁਰੂ ਕਰਦਾ ਹਾਂਜੀ ਟੀਵੀ ਦੀ ਆਵਾਜ਼ ਘੱਟ ਕਰਕੇ ਕਰੋ ਗੱਲ ਦੁਨੀਆ ਨੂੰ ਹਾਂਜੀ ਇਸ ਭੁੱਲੀ ਭਟਕੀ ਦੁਨੀਆਂ ਨੂੰ ਰਾਹ ਪਾਇਆ ਬਾਬੇ ਨਾਨਕ ਨੇ ਜੀ ਇਸ ਭੁੱਲੀ ਭਟਕੀ ਦੁਨੀਆਂ ਨੂੰ ਰਾਹ ਪਾਇਆ ਬਾਬੇ ਨਾਨਕ ਨੇ ਮਜ਼ਲੂਮਾਂ ਅਤੇ ਮਸਕੀਨਾਂ ਨੂੰ ਗਲ ਲਾਇਆ ਬਾਬੇ ਨਾਨਕ ਜੀ ਮਜ਼ਲੂਮਾਂ ਅਤੇ ਮਸਕੀਨਾਂ ਨੂੰ ਗਲ ਲਾਇਆ ਬਾਬੇ ਨਾਨਕ ਨੇ ਜੀ ਰੱਬ ਜਾਣੇ ਕਿਹੜੀ ਖਿੱਚ ਹੈ ਸੀ ਉਹਦੇ ਨੂਰਾਨੀ ਚਿਹਰੇ ਵਿੱਚ ਹਾਂਜੀ ਰੱਬ ਜਾਣੇ ਕਿਹੜੀ ਖਿੱਚ ਹੈ ਸੀ ਉਹਦੇ ਨੂਰਾਨੀ ਚਿਹਰੇ ਵਿੱਚ ਸੱਪਾਂ ਤੋਂ ਸਾਇਆ ਸੀਸ ਤੇ ਕਰਵਾਇਆ ਬਾਬੇ ਨਾਨਕ ਜੀ ਸੱਪਾਂ ਤੋਂ ਸਾਇਆ ਸੀਸ ਤੇ ਕਰਵਾਇਆ ਬਾਬੇ ਨਾਨਕ ਨੇ ਇਹ ਜਗਤ ਜਲੰਦਾ ਸ਼ਾਂਤ ਹੋਇਆ ਸਗ ਰਾਕਸ਼ ਮੁੜ ਇਨਸਾਨ ਬਣੇ ਹਾਂਜੀ ਇਹ ਜਗਤ ਜਲੰਦਾ ਸ਼ਾਂਤ ਹੋਇਆ ਸਗ ਰਾਕਸ਼ ਮੁੜ ਇਨਸਾਨ ਬਣੇ ਇਹ ਵਾਤ ਇੱਕ ਵਾਰ ਤਰਾਨਾ ਵੱਧ ਦਾ ਜਦ ਗਾਇਆ ਬਾਬੇ ਨਾਨਕ ਜੀ ਇੱਕ ਵਾਰ ਤਰਾਨਾ ਵੱਧ ਦਾ ਜਦ ਗਾਇਆ ਬਾਬੇ ਨਾਨਕ ਨੇ ਤੇ ਦੁਆਲੇ ਸ਼ਾਹੀਆਂ ਕੰਬ ਉੱਠੀਆਂ ਸਭ ਮਾਇਆ ਧਾਰੀ ਡੋਲ ਗਏ ਜੀ ਤੇ ਦੁਆਲੇ ਸ਼ਾਹੀਆਂ ਕੰਬ ਉੱਠੀਆਂ ਸਭ ਮਾਇਆ ਧਾਰੀ ਡੋਲ ਗਏ ਜਦ ਖੂਨ ਪੂੜਿਆਂ ਨੂੰ ਕੁੱਟ ਕੇ ਟਪਕਾਇਆ ਬਾਬੇ ਨਾਨਕ ਨੇ ਹਾਂਜੀ ਜਦ ਖੂਨ ਪੂੜਿਆਂ ਨੂੰ ਕੁੱਟ ਕੇ ਟਪਕਾਇਆ ਬਾਬੇ ਨਾਨਕ ਨੇ ਸਿੱਧ ਪੀਰ ਵੀ ਸਿੱਧੇ ਤੀਰ ਹੋਏ ਪਟਕੇ ਹੋਏ ਲੋਕਾਂ ਦੀ ਪਲਟੀ ਝਟਕਾਇਆ ਬਾਬੇ ਨਾਨਕ ਪਟਕੇ ਹੋਏ ਲੋਕਾਂ ਦੀ ਪਲਟੀ ਝਟਕਾਇਆ ਬਾਬੇ ਨਾਨਕ ਨੇ ਖੁਦ ਚਲਦੀ ਚੱਕੀ ਜਲ ਵੇਖੀ ਚੱਕਰ ਵਿੱਚ ਪੈ ਗਏ ਬਾਬਰ ਦੇ ਖੁਦ ਚਲਦੀ ਚੱਕੀ ਜਲ ਵੇਖੀ ਚੱਕਰ ਵਿੱਚ ਪੈ ਗਏ ਬਾਬਰ ਜੈ ਇਹ ਕੌਤਕ ਅਦਬ ਜ਼ਮਾਨੇ ਨੂੰ ਦਿਖਲਾਇਆ ਬਾਬੇ ਨਾਨਕ ਨੇ ਜੀ ਇਹ ਕੌਤਕ ਅਦਬ ਜ਼ਮਾਨੇ ਨੂੰ ਦਿਖਲਾਇਆ ਬਾਬੇ ਨਾਨਕ ਨੇ ਜਦ ਵਲੀ ਕਲਾਰੀ ਹੰਕਾਰੀ ਨੇ ਗੁੱਸੇ ਵਿੱਚ ਪਰਬਤ ਰੇੜ ਦਿੱਤਾ ਜਦ ਵਲੀ ਕਲਾਰੀ ਹੰਕਾਰੀ ਨੇ
ਗੁੱਸੇ ਵਿੱਚ ਪਰਬਤ ਰੇੜ ਦਿੱਤਾ ਕਿ ਸਤ ਕਰਤਾਰ ਤੇ ਲਾ ਪੰਜਾ ਅਟਕਾਇਆ ਬਾਬੇ ਨਾਨਕ ਜੀ ਕਿ ਸਤ ਕਰਤਾਰ ਤੇ ਲਾ ਪੰਜਾ ਅਟਕਾਇਆ ਬਾਬੇ ਨਾਨਕ ਨੇ ਰੱਬ ਚੋਈ ਪਾਸੀ ਵਸਦਾ ਹੈ ਸਿਰਫ ਇੱਕੋ ਸਾਹਮਣੇ ਕਦੇ ਨਹੀਂ ਜੀ ਰੱਬ ਚੋਵੀ ਪਾਸੀ ਵਸਦਾ ਹੈ ਸਿਰਫ ਇੱਕੋ ਸਥਾਨ ਤੇ ਕਦੇ ਨਹੀਂ ਵਿਖਾ ਕੇ ਮੱਕਾ ਚਾਰੇ ਪਾਸੇ ਮੌਲਵੀ ਜੀਵਨ ਨੂੰ ਫਰਮਾਇਆ ਬਾਬੇ ਨਾਨਕ ਨੇ ਜੀ ਵਿਖਾ ਕੇ ਮੱਕਾ ਚੌੜੇ ਪਾਸੇ ਮੌਲਵੀ ਜੀਵਨ ਨੂੰ ਫਰਮਾਇਆ ਬਾਬੇ ਨਾਨਕ ਨੇ ਕੋਈ ਊਚ ਨਹੀਂ ਕੋਈ ਨੀਚ ਨਹੀਂ ਇਹ ਖੇਲ ਸਾਰੇ ਅਮਲਾਂ ਦੇ ਹਾਂਜੀ ਕੋਈ ਊਚ ਨਹੀਂ ਕੋਈ ਨੀਚ ਨਹੀਂ ਇਹ ਖੇਲ ਸਾਰੇ ਅਮਲਾਂ ਦੇ ਇਹ ਭੇਦ ਖੋਲ ਜ਼ਮਾਨੇ ਨੂੰ ਸਮਝਾਇਆ ਬਾਬੇ ਨਾਨਕ ਨੇ ਇਹ ਭੇਦ ਖੋਲ ਜ਼ਮਾਨੇ ਨੂੰ ਸਮਝਾਇਆ ਬਾਬੇ ਨਾਨਕ ਨੇ ਸਮਝਾਇਆ ਬਾਬੇ ਨਾਨਕ ਨੇ ਜੀ ਕਵਿਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦਾ ਤੇ ਕੁਛ ਸੁਣਾਈਆਂ ਹੋਰ ਅਗਰ ਤੁਹਾਡਾ ਟਾਈਮ ਹੋਵੇ ਤਾਂ ਮੈਂ ਪੇਸ਼ ਕਰ ਦਿਆਂ ਹਾਂਜੀ ਹੋਰ ਵੀ ਆਪਾਂ ਟਾਈਮ ਦੇਣਾ ਸਾਰਿਆਂ ਨੂੰ ਹਾਂਜੀ ਹਾਂਜੀ ਟਾਈਮ ਹਾਂਜੀ ਸੋ ਪ੍ਰਣਾਮ ਹੈ ਗੁਰਨਾਮ ਦੇਵ ਜੀ ਨੂੰ ਜੀ ਮੇਰੇ ਸਤਿਗੁਰ ਨਾਨਕ ਦੇਵ ਜੀ ਤੈਨੂੰ ਵਾਰ ਵਾਰ ਨਮਸਕਾਰ ਜੀ ਮੇਰੇ ਸਤਿਗੁਰ ਨਾਨਕ ਦੇਵ ਜੀ ਤੈਨੂੰ ਵਾਰ ਵਾਰ ਨਮਸਕਾਰ ਤੇਰੀ ਬਾਣੀ ਵਿੱਚੋਂ ਦੱਸਿਆ ਜਿਸਦੀ ਮੂਰਤ ਹੈ ਕਰਤਾਰ ਤੇਰੀ ਬਾਣੀ ਵਿੱਚੋਂ ਦੱਸਿਆ ਜਿਸਦੀ ਮੂਰਤ ਹੈ ਕਰਤਾਰ ਤੂੰ ਤੋੜਿਆ ਮਾਣ ਘੁਮੰਡ ਦਾ ਤੂੰ ਤੋੜਿਆ ਮਾਣ ਘੁਮੰਡ ਦਾ ਨਾ ਵਰਸੀ ਕੋਈ ਤਲਵਾਰ ਤੂੰ ਤੋੜਿਆ ਮਾਣ ਘੁਮੰਡ ਦਾ ਨਾ ਵਰਸੀ ਕੋਈ ਤਲਵਾਰ ਸੱਚ ਤੇਰੇ ਦੇ ਸਾਹਮਣੇ ਸਭ ਮੰਨ ਗਏ ਆਪਣੀ ਹਾਰ ਸੱਚ ਤੇਰੇ ਦੇ ਸਾਹਮਣੇ ਸਭ ਮੰਨ ਗਏ ਆਪਣੀ ਹਾਰ ਤੂੰ ਮਾਣ ਵਧਾਇਆ ਕਿਸ ਦਾ ਤੂੰ ਮਾਣ ਵਧਾਇਆ ਕਿਸ ਦਾ ਤੇ ਦਿੱਤਾ ਕਿਸਤੀ ਨੂੰ ਸਤਿਕਾਰ ਤੂੰ ਮਾਣ ਵਧਾਇਆ ਕਿਸ ਦਾ ਤੇ ਦਿੱਤਾ ਕਿਸਤੀ ਨੂੰ ਸਤਿਕਾਰ ਤੇ ਨਾਲ ਸ਼ਾਨ ਦੇ ਰਹਿਣ ਦਾ ਤੇ ਨਾਲ ਸ਼ਾਨ ਦੇ ਰਹਿਣ ਦਾ ਬਖਸ਼ਿਆ ਸਰਬਤ ਨੂੰ ਅਧਿਕਾਰ ਤੇ ਨਾਲ ਸ਼ਾਨ ਦੇ ਰਹਿਣ ਦਾ ਬਖਸ਼ਿਆ ਸਭ ਸਰਬਤ ਨੂੰ ਅਧਿਕਾਰ ਸਾਰੇ ਜਗਤ ਜਪਣਾ ਸਿਖਾ ਦਿੱਤਾ ਸਾਰੇ ਜਗਤ ਨੂੰ ਜਪਣਾ ਸਿਖਾ ਦਿੱਤਾ ਸਤਿ ਕਰਤਾਰ ਸਤਿ ਕਰਤਾਰ ਸੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ 564 ਪ੍ਰਕਾਸ਼ ਦੇਵ ਜੀ ਆਪ ਸਭ ਸਾਧੂਆਂ ਨੂੰ ਬਹੁਤ ਬਹੁਤ ਵਧਾਈਆਂ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਟਾਈਮ ਦਿੱਤਾ ਗੁਰੂ ਨਾਨਕ ਆਉਣ ਵਾਲੇ ਸਾਰਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸੋਹਣ ਬਿੰਦਰਾ ਜੀ ਅਤੇ ਸਾਰੇ ਜਿੱਦਾਂ ਸਾਰੇ ਜਗਤ ਨੂੰ ਵਧਾਈਆਂ ਆ ਬਹੁਤ ਬਹੁਤ ਲੱਖਾਂ ਲੱਖਾਂ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਅਤੇ ਦੇਖੋ ਜੀ ਜਿੱਦਾਂ ਮੈਂ ਗੱਲ ਕਰਨ ਲੱਗੀ ਸੀਗੀ ਤੁਸੀਂ ਵੀ ਆ ਸਕਦੇ ਹਾਂ ਤੁਸੀਂ ਵਧਾਈਆਂ ਦੇ ਸਕਦੇ ਹਾਂ ਅਤੇ ਗੱਲਾਂ ਵੀ ਕਰ ਸਕਦੇ ਹਾਂ ਜੋ ਤੁਹਾਨੂੰ ਜਿੰਨੀ ਕੁ ਜਿਹੜੀ ਵੀ ਗੱਲ ਦਾ ਤੁਹਾਨੂੰ ਪਤਾ ਹੈ ਉਹ ਤੁਸੀਂ ਗੱਲ ਕਰ ਸਕਦੇ ਹਾਂ ਜਿੱਦਾਂ ਲਿਖਣ ਵਾਲੇ ਨੇ ਲਿਖ ਦਿੱਤਾ ਨਾ ਵੀ ਭੁੱਖੇ ਸਾਧੂ ਨੂੰ ਭੁੱਖੇ ਸਾਧੂ ਨਹੀਂ ਸੀ ਰੱਬ ਦੇ ਸੀਗੇ ਰੂਪ ਸੀਗੇ ਉਹ ਜਦੋਂ ਆਪਣਾ ਇੱਕ ਦੂਸਰੇ ਨਾਲ ਮੇਲ ਮਿਲਾਪ ਹੁੰਦਾ ਆ ਅਤੇ ਉਹ ਵੀ ਆਪਣੇ ਜਿੱਦਾਂ ਬਾਣੀ ਵੀ ਜਦੋਂ ਉਹਨੇ ਇਕੱਠੀ ਕੀਤੀ ਆ ਅਤੇ ਇੱਕ ਦੂਸਰੇ ਤੋਂ ਬਾਣੀ ਲੈ ਕੇ ਤਾਂ ਗੁਰੂ ਗ੍ਰੰਥ ਸਾਹਿਬ ਜਦੋਂ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਪਾਉਣੀ ਸੀਗੀ ਤਾਂ ਉਹ ਸਾਰੇ ਬਾਣੀ ਇਕੱਠੀ ਕਰਕੇ ਪਾਈ ਸੀਗੀ ਨਾ ਇੱਕ ਗੁਰੂ ਦੀ ਤਾਂ ਉਹਦੇ ਵਿੱਚ ਬਾਣੀ ਨਹੀਂ ਹੈਗੀ ਅਤੇ ਬਹੁਤ ਤਰ੍ਹਾਂ ਦੀ ਬਹੁਤ ਸ਼ਬਦ ਹੈਗੇ ਆ ਅਤੇ ਸਾਨੂੰ ਅਜੇ ਉੱਥੇ ਤੱਕ ਨੌਲੇਜ ਨਹੀਂ ਹੈਗੀ ਜਿੰਨੀਆਂ ਗੱਲਾਂ ਬਾਤਾਂ ਸੀਗੀਆਂ ਲਿਖਣ ਵਾਲਿਆਂ ਨੇ ਕਈ ਕੁਛ ਲਿਖ ਦਿੱਤਾ ਆ ਪਰ ਸੱਚਾਈ ਜਿਹੜੀ ਹੈਗੀ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਅਤੇ ਬਾਕੀ 20 ਰੁਪਈਆਂ ਦੇ ਲੰਗਰ ਜਿਹੜੇ ਸੀਗੇ ਅਜੇ ਤੱਕ ਚੱਲਦੇ ਆ ਅਤੇ ਚੱਲਦੇ ਰਹਿਣੇ ਆ ਜਿੰਨਾ ਚੱਕ ਦੁਨੀਆ ਹੈਗੀ ਆ ਅਤੇ ਚੱਲਦੇ ਵੀ ਰਹਿਣੇ ਚਾਹੀਦੇ ਆ ਅਤੇ ਇਹ ਇੱਦਾਂ ਦਾ ਲੰਗਰ ਆ ਇਹ ਕਦੀ ਮੁੱਕਿਆ ਨਹੀਂ ਹੈਗਾ ਕਿਉਂਕਿ ਉਹ ਸਤਿਗੁਰੂ ਨਾਨਕ ਦੀ ਕਿਰਪਾ ਆ ਅਤੇ ਤੁਸੀਂ ਵੀ ਆ ਸਕਦੇ ਹਾਂ ਵਧਾਈਆਂ ਵੀ ਦੇ ਸਕਦੇ ਹਾਂ ਗੱਲਾਂ ਵੀ ਕਰ ਸਕਦੇ ਹਾਂ ਗੱਲਾਂ ਵੀ ਬਹੁਤ ਹੈਗੀਆਂ ਕਰਨੇ ਨੂੰ ਅਤੇ ਜਿੱਦਾਂ ਕਹਿੰਦੇ ਆ ਬਈ ਉਹਨੇ ਕਿਹਾ ਸੀਗਾ ਗੁਰੂ ਨਾਨਕ ਦੇਵ ਜੀ ਥੱਕਦੇ ਭੁੱਖ ਥਰੈ ਲੱਗਦੀ ਤਾਂ ਮਰਦਾਨਾ ਜੀ ਨਾਲ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਬਾਲਾ ਅਤੇ ਮਰਦਾਨਾ ਹੁੰਦੇ ਸੀਗੇ ਅਤੇ ਥੱਕਦੇ ਭੁੱਖ ਤਰਹਿ ਲੱਗਦੀ ਤਾਂ ਭਾਈ ਮਰਦਾਨਾ ਜੀ ਬਾਬੇ ਅੱਗੇ ਇਹ ਪ੍ਰਕਾਰ ਅਰਜ ਕਰਦੇ ਆ ਅਤੇ ਕਹਿੰਦੇ ਆ ਸਾਖੀਕਾਰ ਦੇ ਵਾਕ ਹਨ ਕਿ ਬਾਬਾ ਤੂੰ ਅਤੀਤ ਪੁਰਖ ਹੈ ਤੂੰ ਅਤੀਤ ਪੁਰਖ ਹੈ ਨਾ ਤੈਨੂੰ ਭੁੱਖ ਸਤਾਏ ਤਾਂ ਨਾ ਤੈਨੂੰ ਤਰੇ ਵੀ ਕਹਿੰਦੇ ਵੀ ਨਾ ਤੈਨੂੰ ਭੁੱਖ ਲੱਗਦੀ ਆ ਨਾ ਤੈਨੂੰ ਥਿਆ ਲੱਗਦੀ ਆ
ਤੇ ਬਾਕੀ ਮਰਦਾਨਾ ਜਿਹੜੇ ਸੀਗੇ ਬਾਬਾ ਜੀ ਦੇ ਨਾਲ ਸੀਗੇ ਉਹਦੇ ਨਾਲ ਹੀ ਬਾਲਾ ਤੇ ਮਰਦਾਨਾ ਰਹਿੰਦੇ ਹੁੰਦੇ ਸੀਗੇ ਤੇ ਉਹ ਮਰਦਾਨੇ ਨੂੰ ਭੁੱਖ ਲੱਗੀ ਤਾਂ ਉਹ ਕਹਿੰਦੇ ਵੀ ਮੈਨੂੰ ਭੁੱਖ ਬਹੁਤ ਲੱਗੀ ਆ ਤੇ ਉਹ ਫਿਰ ਉਹ ਕਹਿੰਦੇ ਆ ਵੀ ਤੂੰ ਨਾਲ ਹੀ ਐਡੀ ਛੇਤੀ ਤੂੰ ਥੱਕ ਗਿਆ ਤੂੰ ਮੇਰੇ ਨਾਲ ਤੁਰ ਆ ਅਤੇ ਐਡੀ ਛੇਤੀ ਤੈਨੂੰ ਕਿੱਦਾਂ ਭੁੱਖ ਲੱਗਦੀ ਅਤੇ ਫਿਰ ਭਾਈ ਮਰਦਾਨਾ ਜੀ ਬਾਬੇ ਅੱਗੇ ਇਹ ਪ੍ਰਕਾਰ ਅਰਜ ਕਰਦੇ ਆ ਕਿ ਜਿਹੜੇ ਸਾਖੀਕਾਰ ਦੇ ਵਾਕ ਆ ਉਹ ਆ ਬਾਬੇ ਨੂੰ ਅਤੀਤ ਪੁਰਖ ਹੈ ਬਾਬਾ ਤੂੰ ਅਤੀਤ ਪੁਰਖ ਆ ਤੈਨੂੰ ਤਾਂ ਭੁੱਖ ਸਤਾਏ ਨਾ ਨਾ ਤਰੇ ਨਾ ਤੈਨੂੰ ਥਿਆ ਲੱਗਦੀ ਨਾ ਨਾ ਨੀਂਦ ਨਾ ਤਖਾਣ ਵੀ ਨਾ ਤੈਨੂੰ ਨੀਂਦ ਆਉਂਦੀ ਆ ਇੰਨੀ ਤਾਂ ਨਾ ਤੂੰ ਥੱਕਦਾ ਹੀ ਆ ਮਰਦਾਨਾ ਨੇ ਕਿਹਾ ਬਾਬਾ ਨਾਨਕ ਨੂੰ ਤਾਂ ਜੇ ਅਜਿਹਾ ਕਰਨਾ ਨਹੀਂ ਭਾਂਵਦਾ ਤਾਂ ਕੁਝ ਖਾਣ ਪੀਣ ਨੂੰ ਦੇ ਕਹਿੰਦੇ ਹੋਰ ਨਹੀਂ ਤਾਂ ਕੁਛ ਸਾਨੂੰ ਖਾਣ ਪੀਣ ਤਾਂ ਦੇ ਦੇ ਵੀ ਸਾਨੂੰ ਤਾਂ ਭੁੱਖ ਵੀ ਲੱਗੀ ਆ ਸਾਨੂੰ ਨੀਂਦ ਵੀ ਆਉਂਦੀ ਆ ਅਤੇ ਸਾਨੂੰ ਅਸੀਂ ਥੱਕ ਵੀ ਗਏ ਹਾਂ ਥਿਆ ਵੀ ਲੱਗੀ ਆ ਅਤੇ ਪੀਣ ਨੂੰ ਦੇ ਬਾਬੇ ਕਿਹਾ ਭਲਾ ਮੰਗਿਆ ਹੀ ਮਰਦਾਨਿਆ ਉਹ ਕਹਿੰਦੇ ਵੀ ਤੂੰ ਭਲਾ ਮੰਗਿਆ ਹੀ ਮਰਦਾਨਿਆ ਭਲਾ ਮੰਗਿਆ ਹੀ ਲੋਕ ਵਸਤਾ ਮੰਗਦੇ ਹਨ ਅਤੇ ਤੂੰ ਸੰਤੋਖ ਮੰਗਦਾ ਹੈ ਬਾਬੇ ਨਾਨਕ ਨੇ ਉਹਨਾਂ ਨੂੰ ਕਿਹਾ ਮਰਦਾਨੇ ਨੂੰ ਅਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਆ ਇਹ ਜਿੱਦਾਂ ਜਿੱਦਾਂ ਉਹਨਾਂ ਨਾਲ ਜਾਂਦੇ ਸੀਗੇ ਉੱਦਾਂ ਉੱਦਾਂ ਗੱਲਾਂ ਬਾਤਾਂ ਵੀ ਇਹਨਾਂ ਦੀਆਂ ਸੀਗੀਆਂ ਬਹੁਤ ਸੀਗੀਆਂ ਪਰ ਮੇਰੇ ਕੋਲ ਇੰਨਾ ਕੁਛ ਨਹੀਂ ਲਿਖ ਹੋਇਆ ਅਤੇ ਥੋੜ੍ਹੀ ਜਿਹੀ ਜਿੰਨੀਆਂ ਕੁ ਗੱਲਾਂ ਮੈਂ ਸੀਗੀਆਂ ਮੈਂ ਉਹ ਲੈ ਆਉਂਦੀ ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਜਿੱਦਾਂ ਗੁਣ ਅਣਗੁਣ ਗੁਣ ਅਤੇ ਅਣਗੁਣ ਜਿਹੜੇ ਹੁੰਦੇ ਆ ਸਾਨੂੰ ਦੂਜਿਆਂ ਦੇ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਆ ਦੂਜਿਆਂ ਦੇ ਗੁਣਾਂ ਦੇ ਨਾਲ ਸਾਂਝ ਪਾਉਣੀ ਚਾਹੀਦੀ ਆ ਅਤੇ ਉਹਨਾਂ ਦੇ ਅਣਗੁਣਾਂ ਨੂੰ ਨਹੀਂ ਚਿਤਾਰਨਾ ਚਾਹੀਦਾ ਕਈ ਵਾਰੀ ਅਸੀਂ ਲੋਕ ਜਿਹੜੇ ਹੈਗੇ ਹਾਂ ਬਸ ਇੱਦਾਂ ਹੀ ਆ ਜਿੱਦਾਂ ਅਸੀਂ ਆਪਣੇ ਗੁਣ ਤਾਂ ਅਸੀਂ ਬਹੁਤ ਛੇਤੀ ਦੱਸਣ ਲੱਗ ਪੈਂਦੇ ਹਾਂ ਅਸੀਂ ਇੱਦਾਂ ਹਾਂ ਇੱਦਾਂ ਆ ਸਾਨੂੰ ਇੰਨੀ ਕੁ ਨੌਲੇਜ ਆ ਸਾਨੂੰ ਆਹ ਇੰਨੀਆਂ ਗੱਲਾਂ ਦਾ ਪਤਾ ਆ ਸਾਨੂੰ ਬਹੁਤ ਦੂਰ ਦੀਆਂ ਗੱਲਾਂ ਦਾ ਪਤਾ ਆ ਅਸੀਂ ਬਹੁਤ ਗੱਲਾਂ ਜਾਣਦੇ ਹਾਂ ਪਰ ਜੇ ਕਿਸੇ 'ਚ ਕੋਈ ਗੁਣ ਨਹੀਂ ਆ ਜਾਂ ਅਣਗੁਣ ਆ ਜਾਂ ਉਹਨੂੰ ਨਹੀਂ ਵਿਚਾਰੇ ਨੂੰ ਪਤਾ ਕੋਈ ਵੀ ਹੋ ਸਕਦਾ ਆ ਅਤੇ ਉਹ ਜਿਹੜੇ ਗੁਣ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਉਹਨਾਂ ਨੂੰ ਚਿਤਾਰਨਾ ਨਹੀਂ ਚਾਹੀਦਾ ਉਹਨਾਂ ਨੂੰ ਮੁੜ ਮੁੜ ਕੇ ਉਹਨੂੰ ਸੁਣਾਉਣਾ ਨਹੀਂ ਚਾਹੀਦਾ ਵੀ ਤੈਨੂੰ ਆਹ ਸਮਝ ਹੈ ਨਹੀਂ ਜਾਂ ਤੇਰੇ 'ਚ ਕੋਈ ਗੁਣ ਹੈ ਨਹੀਂ ਗਾ ਜਾਂ ਤੈਨੂੰ ਕੋਈ ਪਤਾ ਨਹੀਂ ਹੈਗਾ ਇੱਦਾਂ ਨਹੀਂ ਕਹਿੰਦੇ ਕਰਨੀ ਚਾਹੀਦੀ ਹੈਗੀ ਅਤੇ ਦੂਜੇ ਦੇ ਜਿਹੜੇ ਜੇ ਗੁਣ ਹੈਗੇ ਹੀ ਆ ਤੇਰੇ ਵਿੱਚ ਤੂੰ ਉਹਨਾਂ ਗੁਣਾਂ ਦੀ ਸਾਂਝ ਪਾ ਕਿਸੇ ਦੇ ਨਾਲ ਉਹਨਾਂ ਗੁਣਾਂ ਦਾ ਕਿਸੇ ਨੂੰ ਫਾਇਦਾ ਹੋ ਸਕੇ ਫਿਰ ਹੀ ਤੂੰ ਹੈਗਾ ਆ ਇਨਸਾਨੀਅਤ ਫਿਰ ਹੀ ਹੈਗੀ ਆ ਤਾਂ ਫਿਰ ਹੀ ਤੂੰ ਸਤਿਗੁਰ ਦੇ ਰਾਹ ਲੱਗਣ ਵਾਲਾ ਬੰਦਾ ਤੂੰ ਰੱਬ ਦਾ ਬੰਦਾ ਆ ਅਤੇ ਜਿੱਥੇ ਉਹਨਾਂ ਨਾਲ ਸਮਾਜਿਕ ਤੌਰ 'ਤੇ ਜੁੜ ਜਾਂਦੇ ਹਾਂ ਉੱਥੇ ਉਹਨਾਂ ਦੇ ਗੁਣਾਂ ਨੂੰ ਗ੍ਰਹਿਣ ਕਰਕੇ ਆਪਾਂ ਗੁਣਾਂ ਨਾਲ ਅਮੀਰ ਹਾਂ ਜੇ ਤੁਸੀਂ ਗੁਣ ਜਿਹੜੇ ਹੈਗੇ ਆ ਕਿਸੇ ਦੇ ਵਿੱਚ ਉਹਨਾਂ ਗੁਣਾਂ ਨੂੰ ਤੁਸੀਂ ਗ੍ਰਹਿ ਕਰਦੇ ਆ ਜਿੱਦਾਂ ਤੁਸੀਂ ਮੰਨਦੇ ਆ ਜਾਂ ਉਹਨਾਂ ਨੂੰ ਸਮਝਦੇ ਆ ਵੀ ਇਹ ਗੱਲਾਂ ਜਿਹੜੀਆਂ ਉਹ ਠੀਕ ਕਹਿੰਦਾ ਆ ਸਾਨੂੰ ਮੰਨਣੀਆਂ ਚਾਹੀਦੀਆਂ ਆ ਜੇ ਅਸੀਂ ਮੰਨਦੇ ਹਾਂ ਅਤੇ ਜੇ ਅਸੀਂ ਥੋੜ੍ਹੀ ਸਾਡੇ ਵਿੱਚ ਉਹ ਆ ਜਾਂਦੀਆਂ ਗੱਲਾਂ ਅਤੇ ਉਹ ਕਹਿੰਦੇ ਵੀ ਤੁਸੀਂ ਸਭ ਤੋਂ ਅਮੀਰ ਬਣ ਸਕਦੇ ਹਾਂ ਅਮੀਰ ਪੈਸੇ ਨਾਲ ਨਹੀਂ ਹੁੰਦਾ ਹੈਗਾ ਇਹ ਗੁਣਾਂ ਨਾਲ ਵੀ ਬੰਦਾ ਅਮੀਰ ਹੁੰਦਾ ਆ ਪਰ ਗੁਣ ਇੱਦਾਂ ਦੇ ਹੋਣੇ ਚਾਹੀਦੇ ਆ ਜਿਹੜਾ ਦੂਸਰੇ ਦਾ ਵੀ ਭਲਾ ਕਰੇ ਇਹ ਨਹੀਂ ਹੋਵੇ ਇੱਕ ਪਾਸੇ ਤੁਸੀਂ ਕਹੋ ਵੀ ਅਸੀਂ ਬਹੁਤ ਗੁਣ ਗਾਉਣੇ ਆ ਸਾਡੇ 'ਚ ਗੁਣਾਂ ਦੀ ਗੁਥਲੇ ਆ ਅਸੀਂ ਗੁਥਲੀ ਆ ਗੁਥਲੇ ਜੋ ਵੀ ਕਹਿ ਲਓ ਤੁਸੀਂ ਅਤੇ ਇਹ ਬਾਅਦ ਵਿੱਚ ਤੁਸੀਂ ਕਿਸੇ ਨੂੰ ਕਿਸੇ ਸ਼ਬਦ ਨੂੰ ਮਾੜਾ ਕਹਿ ਦਿਓ ਜਾਂ ਕਿਸੇ ਦਾ ਬੁਰਾ ਕਰ ਦਿਓ ਜਾਂ ਕਿਸੇ ਨੂੰ ਚੰਗਾ ਨਾ ਸਮਝੋ ਉਹ ਗੁਣ ਤੁਹਾਡੇ ਕਿਸੇ ਕੰਮ ਦੇ ਨਹੀਂ ਹੈਗੇ ਉਹ ਕੋਈ ਨਹੀਂ ਉਹਦਾ ਕੋਈ ਫਾਇਦਾ ਨਹੀਂ ਗੁਰੂ ਨਾਨਕ ਜੀ ਕਹਿੰਦੇ ਆ ਉਹਨਾਂ ਵੱਲ ਨੂੰ ਨਾ ਤੁਸੀਂ ਜਾਵੋ ਉਹਨਾਂ ਦਾ ਕੋਈ ਫਾਇਦਾ ਨਹੀਂ ਉੱਧਰ ਨੂੰ ਨਹੀਂ ਜਾਣਾ ਚਾਹੀਦਾ ਅਤੇ ਜਿੱਦਾਂ ਕਹਿੰਦੇ ਆ ਤੁਸੀਂ ਆ ਸਕਦੇ ਆ ਵਧਾਈਆਂ ਵੀ ਦੇ ਸਕਦੇ ਆ ਟੈਲੀਫੋਨ 'ਤੇ ਜੋ ਵੀ ਗੱਲ ਕਰਨੀ ਆ ਤੁਸੀਂ ਕਰ ਸਕਦੇ ਆ ਅਤੇ ਅੱਜ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੋਂਦੇ ਜਗ ਚਾਨਣ ਹੋਇਆ ਅਤੇ ਅੱਜ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ 'ਤੇ ਵਧਾਈਆਂ ਵੀ ਦੇ ਸਕਦੇ ਹਾਂ ਜੋ ਤੁਸੀਂ ਕਹਿਣਾ ਚਾਹੁੰਦੇ ਹਾਂ ਦਿਲ ਦੀਆਂ ਗੱਲਾਂ ਵੀ ਕਰ ਸਕਦੇ ਹਾਂ ਅਤੇ ਕਹਿੰਦੇ ਆ ਰਹਿਮਤ ਤੇਰੀ ਨਾਮ ਤੇਰਾ ਕੁਝ ਨਹੀਂ ਜੋ ਮੇਰਾ ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ ਇੱਕ ਤੂੰ ਹੀ ਸਤਿਗੁਰ ਮੇਰਾ
मैं कुछ भी नहीं वाहेगुरू तेरे बिना, तू सार है मेरी कहानी दा, तेरा वजूद समुंदर तो बढ़ के, मैं ता बस तुबका हाँ एक पानी दा। कहिंदा भी तेरा वजूद समुंदर तो बढ़ के, मैं ता बस तुबका हाँ एक पानी दा। वाहेगुरु सतनाम कह बंदिया, ओदी रजा दे विच रह बंदिया। वाहेगुरु सतनाम कह बंदिया, ओदी रजा दे विच रह बंदिया। ते तुसी भी आ सकते हैं, बधाइयां दे सकते हैं। केंदे पल्ला फड़िया ए तेरा असा ए दाता, होर आसरे सब बसार दते, जीना हुक्म ते तेरी रजा अंदर, मत अकल सब ते तो ने वार दते, मेला जगदा चल रहा कल जुगी, मेर जो राह ना भुलिए जी, ए दातिया साड़ी ना बां छड़ी, किते माया दी होड़ विच ना रुलिए जी। कहिंदे आ वी दातिया तू साड़ी बां ना छड़ी, ए माया दी जड़ी हैगी है ना, जिदा इहदे होड़ जड़ी है माया दी लगी हुई, पैसा पैसा भी इहदे विच ना किते रुल जाइए असी। अज कल पैसे तो बिना तो कोई गल ही नहीं चलती, जिधर मर्जी चल जाओ पैसा ही पैसा गलबात होंदी है, पैसा ही पैसा होंदा आ। इहदे विच असी रुले ही गए हाँ, रुल नहीं आईए असी रुल गए हाँ, सानू होर कोई सोचदा ही नहीं हैगा। आ सवेरे मैं गल्लां सुनदी सी, कहिंदी उत्थे गोलक दे विचों भी पैसे कढ़े जांदे आ। जिहड़ा सतगुर दा घर आ, जे तुसी ओह भी नहीं बख्शदे तो की कर सकदे आ। ते माया दी जड़ी होड़ आ इदां दी लगी आ, वांग मस्या दे ने साडे कर्म काले, वांग मस्या दे ने साडे कर्म काले, बौड़ी आप ने सानू समित देवी, हिरदे करी रोशन देवी नाम अपना। अगे कोल वाल वधदे आ। हैलो जी, कांछी टीवी दे वेड़े विच स्वागत है जी। अपनी जिंदगी दे विच जी, बेशक सिख समाज जिहड़ा हैगा मतलब के ऐ जिहड़ा दिन हैगा उहनां दा मतलब के दिवाली तो बाद जन्मदिन मनांदे आ जी, उहनां दा 15 अप्रैल दा जी हैगा हमेशा हक साल जिहड़ा जिहड़ा जन्म हैगा जी। इह काल तख्त ते भी जिहड़ा इह इलैक्टी रूप विच हैगा आ जी, जदों आपां कढ़दे आ हांजी, हुण आपां वधदे हैगे जी के उहनां ने लोकां दा इक नक्शा खिंचिआ के नीचा अंदर नीचा नीची हिम्मत नीच जी, नानक तिन के संसार वड्डिआ सिउ घेरी, ਕਹਿੰਦੇ ਜਿੱਥੇ ਨੀਚ ਸੰਭਾਲੀਅਨ ਉੱਥੇ ਨਜ਼ਰ ਤੇਰੀ ਬਖਸ਼ੀਸ਼ ਜੀ। ਜਿਹੜਾ ਸਮਾਂ ਸੀਗਾ ਦੇਖੋ ਕਤਰੀਆਂ ਦੇ ਵਿੱਚੋਂ ਨਿਕਲ ਕੇ ਹੈਗੇ, ਜਿਹੜੇ ਕਤਰੀ ਉਹ ਬ੍ਰਾਹਮਣ ਦੀ ਹਮੇਸ਼ਾ ਅੱਜ ਤੱਕ ਜਿਹੜੀ ਆ ਉਹ ਸਪੋਰਟ ਕਰਦਾ ਹੈਗਾ ਜੀ, ਕਿਉਂਕਿ ਵਰਨ ਵਿਵਸਥਾ ਦੀ ਮੈਂ ਗੱਲ ਕਰ ਰਿਹਾ ਹੈਗਾ ਹਾਂਜੀ। ਤੇ ਉਹ ਕਹਿੰਦੇ ਭਾਈ ਨਹੀਂ ਮੈਂ ਨੀਚਾਂ ਦਾ ਸਾਥੀ ਹਾਂ ਤੇ ਵੱਡਿਆਂ ਨਾਲ ਮੇਰੀ ਕੋਈ ਮਤਲਬ ਕਿ ਸਾਂਝ ਨਹੀਂ ਹੈਗੀ। ਫਿਰ ਦੇਖ ਲਓ ਕਿੰਨੀਆਂ ਉਹਨਾਂ ਨੇ ਅਰਦਾਸੀਆਂ ਕੀਤੀਆਂ ਔਰ ਉਹ ਤਾਂ ਬਹੁਤ ਸਿਰੇ ਦੀਆਂ ਗੱਲਾਂ ਕਹਿੰਦੇ ਇੱਕ ਸਮਾਜਿਕ ਢਾਂਚੇ, ਕਹਿੰਦੇ ਪੜੋਸੀ ਦੇ ਘਰ ਅੱਗ ਲੱਗੀ ਤੂੰ ਆਪਣੇ ਘਰ ਮੇ ਜਾ ਜੀ। ਮੰਨ ਲਓ ਕਹਿੰਦੇ ਵੀ ਜੋ ਕਿਸੇ ਨਾਲ ਗਲਤ ਹੁੰਦਾ ਹੈਗਾ ਉਹ ਆਪਣੇ ਨਾਲ ਇਨਸਾਨ ਨੂੰ ਜਾਣਨਾ ਮਤਲਬ ਕਿ ਜਾਣਨਾ ਚਾਹੀਦਾ ਹੈਗਾ ਵੀ ਮੇਰੇ ਨਾਲ ਹੋਇਆ ਹੈਗਾ। ਇਹਨੂੰ ਕਹਿੰਦੇ ਇੱਕ ਰਾਸ਼ਟਰਵਾਦ ਹਾਂਜੀ, ਇਹਨੂੰ ਕਹਿੰਦੇ ਭਾਈਚਾਰਾ ਹਾਂਜੀ। ਉਸ ਸਮੇਂ ਦੇ ਦੇਖ ਲਓ ਰਾਜਿਆਂ ਨੂੰ ਕਿੱਥੇ ਤੱਕ ਉਹ ਕਹਿੰਦੇ ਹੈਗੇ ਆ ਕਿ ਬੇ ਰਾਜੇ ਸੀ ਮੁਕੱਦਮ ਕੁੱਤੇ ਹਨਾ, ਉਹ ਰਾਜਿਆਂ ਨੂੰ ਜਾਣ ਕੇ ਕਹਿੰਦੇ ਮਤਲਬ ਕਿ ਇਹ ਜਿਹੜੇ ਰਾਜਿਆਂ ਨੇ ਇੱਕ ਜਿਹੜੇ ਮੁਕੱਦਮ ਕੁੱਤੇ ਵੀ ਛੱਡੇ ਹੋਏ ਆ ਹਾਂਜੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਕੀ ਕਹਿੰਦੇ ਹੁੰਦੇ ਆ ਮੁਖਬਰ ਜੀ। ਤੇ ਕਹਿੰਦੇ ਇਹ ਲੋਕਾਂ ਨੂੰ ਗੁਮਰਾਹ ਕਰਦੇ ਹੈਗੇ ਆ ਹਨਾ, ਤੇ ਉਹਨਾਂ ਨੇ ਦੇਖ ਲਓ ਰਾਜਿਆਂ ਤੱਕ ਇਹ ਸੰਤਾਂ ਨੇ ਜਿਹੜੇ ਮਹਾਂਪੁਰਸ਼ ਸੀਗੇ ਸੰਤਾਂ ਨੇ ਰਾਜਿਆਂ ਤੱਕ ਚੈਲੰਜ ਕੀਤਾ ਹਾਂਜੀ। ਪਰ ਸੋਚਣ ਵਾਲੀ ਗੱਲ ਹੈਗੀ ਆ ਕਿ ਅੱਜ ਪੂਰੇ ਭਾਰਤ ਵਿੱਚ 25 ਲੱਖ ਸੰਤ ਬਾਬਾ ਹੈਗਾ, ਕਿਸੇ ਸਾਰਾ ਦੇਸ਼ ਲੁੱਟ ਹੋ ਗਿਆ ਹਾਂਜੀ, ਚਾਹੇ ਨੌਕਰੀਆਂ ਪੱਖੋਂ ਚਾਹੇ ਉਹ ਪਾਣੀ ਪੱਖੋਂ ਕਿਸੇ ਵੀ ਤਰ੍ਹਾਂ ਜੀ, ਪਰ ਏਦਾਂ ਦਾ ਕੋਈ ਸੰਤ ਹੈ ਨੀ ਜਿੱਦਾਂ ਗੁਰੂ ਰਵਿਦਾਸ ਕਹਿੰਦੇ ਹੈਗੇ ਆ ਕਿ
मतलब के उन्होंने एक शब्द हैगा कि कठड़ी बाधी पाप की दरगे मिले नवा हाँ जी इस तरह का एक शब्द हैगा मतलब के राजा नु चैलेंज करते हैं हाँ जी हाँ जी बहुत उन्होंने जी देखो बाणी दे विच भी आते उन्होंने हुण देखो असीं पूजना शुरू कर दिता आपां सारिआं ने हाँ जी जिन्ना पंजाब का समाज हैगा जी उन्होंने कहा कि पढ़ पढ़ के गड्ढे नहीं लदने भाई हाँ जी अगे लिखते हैं कि जिस डिठे मुगत ना हो शब्द ना करे विचार कहते जिन्ना चिर इन्हों डिठिया के कुछ देखिया के कुछ नहीं होना जिन्ना चिर आप शब्द की विचार नहीं मतलब कि अमल नहीं करते हाँ जी पर बड़ी हैरानी की गल है कि जेड़िया बाबा जी ने गल्लां कहियां सी उहदे उल्ट ही काम हुंदा हैगा सही है गुरु रविदास महाराज विद्या की गल करते हैं गुरु नानक साहब कहते पढ़ पढ़ के गड्ढे लगने देख लो हूँ तीन दिन चार दिन उत्थे सुनने वाला कोई नहीं हुंदा वेख कह की रही बस जी मतलब तिना दिन काम नबेड़ो पैसे दियो मतलब कि जेड़े जेड़े रिश्वत रोकिया अज भाई साध बाबिया पुजारियों कह सकते हैं मतलब पैसे दे के पाठ करो काम हो गया वो कहते जिस डिठे मुक्त ना शब्द देना करे विचार वो तो समाजिक ढांचे की गल करते हैं शब्द से विचार करना अमल करना जी फिर देख लो उन्होंने मत्थे टेका संभाला करना लोग आराम खिलाना जा कहते लोग ने खिलाना दम लिया ਐਡਾ ਜਾਣੀ ਕਿ ਉਹਨਾਂ ਦੀ ਜਦੋਂ ਅਸੀਂ ਛੋਟੇ ਛੋਟੇ ਹੁਣ ਥੋੜੀਆਂ ਫੋਟੋਆਂ ਬਦਲਣ ਲੱਗੀਆਂ ਮਾਤਾ ਜੀ ਜੀ ਉਹਨਾਂ ਦੇ ਦੇਖ ਲਓ ਸੈਰ ਉੱਥੇ ਨਾ ਮਤਲਬ ਪੱਗ ਦੇ ਉੱਪਰ ਹੀ ਮੈਂ ਮਾਲਾ ਰੱਖਦੀ ਪੱਗ ਵੀ ਪਾ ਤੀ ਉਹਨਾਂ ਨੇ ਇੱਕ ਬਾਬਾ ਬਣਾ ਦਿੱਤਾ ਜਦ ਕਿ ਉਹ ਕ੍ਰਾਂਤੀਕਾਰੀ ਯੋਧੇ ਸੀਗੇ ਸੂਰਮੇ ਜੀ ਸੋ ਜਾਣੀ ਕਿ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਉਹਨਾਂ ਨੂੰ ਘੋਖਣ ਦੀ ਜ਼ਰੂਰਤ ਹੈਗੀ ਆ ਨਾ ਕਿ ਉਹ ਪੂਜਾ ਕਰਦੀ ਜਿੱਦਾਂ ਬ੍ਰਾਹਮਣ ਵੇਦਾਂ ਸ਼ਾਸਤਰਾਂ ਦੀ ਪੂਜਾ ਕਰਦਾ ਸੀਗਾ ਇਸੇ ਤਰ੍ਹਾਂ ਹੋ ਰਿਹਾ ਹੈਗਾ ਹਾਂ ਜੀ ਪਰਮਾਤਿਆਂ ਨਾਲ ਢਕਣਾ ਮਹਾਂਪੁਰਸ਼ਾਂ ਦੇ ਵਿਰੋਧ ਵਿੱਚ ਕੰਮ ਹੋ ਰਿਹਾ ਚਾਹੇ ਕੋਈ ਵੀ ਮਹਾਂਪੁਰਸ਼ ਆ ਜੇ ਆਪਾਂ ਉੱਥੇ ਕਰਾਂਗੇ ਨਾ ਫਿਰ ਤਾਂ ਉਹੀ ਜਾਣੀ ਕਿ ਪੂਜਾ ਹੋਣ ਲੱਗ ਪਾਉਂਗੀ ਉਹਦੇ ਵਿਚਾਰਾਂ ਦੀ ਜਾਣੀ ਕਿ ਆਦਾਨ ਪ੍ਰਦਾਨ ਨਹੀਂ ਬਹੁਤ ਲੰਬਾ ਉਹਨਾਂ ਦਾ ਜੀਵਨ ਸੰਘਰਸ਼ ਹੈਗਾ ਬਾਕੀ ਤਾਂ ਜਿਹੜੇ ਇਤਿਹਾਸਕਾਰ ਆ ਜੀ ਉਹਨਾਂ ਨੇ ਇਹ ਦੱਸ ਦਿੱਤਾ ਮਰਦਾਨਾ ਜੀ ਜ਼ਰੂਰ ਹੈ ਬਾਲਾ ਤਾਂ ਉਹਨਾਂ ਦੇ ਨਾਲ ਹੀ ਸੀਗਾ ਖੈਰ ਵੈਸੇ ਮੈਂ ਇਹ ਤੁਹਾਨੂੰ ਨੀ ਕੋਈ ਕਹਿ ਰਿਹਾ ਹੈਗਾ ਜਾਣੀ ਕਿ ਜਿੰਨੇ ਇੰਨੇ ਦੇਸ਼ਾਂ ਵਿੱਚ ਸੁਣਦਾ ਜਿਹੜੇ ਸਾਥੀ ਆ ਉਹ ਖੁਦ ਵੀ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈਗਾ ਕਿਉਂਕਿ ਜਿਹੜੀ ਜੀਵਨ ਸਾਖੀ ਭਾਈ ਬਾਲੇ ਵਾਲੀ ਆ ਉਹ ਮੈਂ ਬਚਪਨ ਵਿੱਚ ਤਿੰਨ ਵਾਰ ਪੜ੍ਹੀ ਫਿਰ ਮੈਂ ਥੋੜਾ ਜਵਾਨ ਹੋ ਕੇ ਪੜ੍ਹੀ ਜੀ 25-26 ਸਾਲ ਦੀਆਂ ਪਹਿਲਾਂ ਥੋੜੀ ਉਮਰ ਚ ਪੜ੍ਹੀ 13 ਸਾਲ ਦੀ ਉਮਰ ਜੀ ਜਦੋਂ ਉਹਨੂੰ ਚੰਗੀ ਤਰ੍ਹਾਂ ਘੋਖਿਆ ਉਹ ਚ ਸਾਰਾ ਹੀ ਜਾਣੀ ਕਿ ਘੁਸਪੈਠ ਕੀਤੀ ਹੋਈ ਆ ਜੀ ਤੇ ਵਿਸ਼ਨੂੰ ਦਾ ਅਵਤਾਰ ਤੱਕ ਦੱਸਿਆ ਗਿਆ ਹੈਗਾ ਇਹ ਤਾਂ ਧੰਨਵਾਦ ਹੈ ਜਿਹਨਾਂ ਨੇ ਖੋਜਾਂ ਕੀਤੀਆਂ ਸਿੱਖ ਵਿਦਵਾਨਾਂ ਨੇ ਉਹ ਜਿੱਦਾਂ ਇੰਦਰ ਘੱਟਾ ਹੈਗੇ ਪਟਿਆਲੇ ਵਾਲੇ ਜਾਂ ਕਾਲਾ ਫਗਾਨਾ ਜਿਹੜੇ ਅਮਰੀਕਾ ਵਿੱਚ ਮਰ ਗਏ ਹੈਗੇ ਗੁਰਬਾਗ ਸਿੰਘ ਜੀ ਜੀ ਜਾਂ ਹੋਰ ਅੱਜ ਦੇ ਵੀ ਹੈਗੇ ਧੁੰਦੇ ਵਰਗੇ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਬਿਲਕੁਲ ਗਲਤ ਆ ਤਾਂ ਇਹ ਮਤਲਬ ਕਿ ਲੋਕ ਮੰਨਣ ਲੱਗ ਪੈਂਦੇ ਹੈਗੇ ਆ ਪਰ ਉਹਨਾਂ ਦਾ ਜਿਹੜਾ ਜੀਵਨ ਸੰਘਰਸ਼ ਤੇ ਪਰਦਾ ਪਾਉਣ ਲਈ ਹਾਂਜੀ ਕੌਣ ਇਹਨਾਂ ਚੀਜ਼ਾਂ ਨੂੰ ਸਿਰਜਦਾ ਹੈਗਾ ਕਿੱਦਾਂ ਉਹ ਲੋਕਾਂ ਵਿੱਚ ਲੈ ਕੇ ਜਾਂਦੇ ਮੂਰਖ ਕਿੱਦਾਂ ਬਣਾਉਂਦੇ ਹੈਗੇ ਆ ਜੀ ਜਾਣੀ ਕਿ ਮਨੁੱਖ ਨੂੰ ਪੜ੍ਹ ਕੇ ਸਮਝ ਕੇ ਉੱਤੇ ਬੋਲਣਾ ਚਾਹੀਦਾ ਮੇਰੇ ਕਹਿਣ ਦਾ ਮਤਲਬ ਇਹ ਹਾਂਜੀ ਵਿਚਾਰ ਕਰਨੀ ਚਾਹੀਦੀ ਹੈ ਇਹਨੂੰ ਮੈਂ ਵਧਾਈਆਂ ਸਮਝਦਾ ਕਿਉਂਕਿ ਉਹਨਾਂ ਦਾ ਇੱਕ ਦਿਨ ਸਪੈਸ਼ਲ ਨਹੀਂ ਜਾਣੀ ਕਿ ਨਿੱਤ ਕੋਈ ਵੀ ਮਹਾਂਪੁਰਸ਼ ਚਾਹੇ ਗੁਰੂ ਰਵਿਦਾਸ ਸਤਿਗੁਰ ਨਾਮਦੇਵ ਮਹਾਰਾਜ ਦਾ ਜਨਮ ਦਿਨ ਆਕੇ ਗਿਆ ਜੀ ਤੇ ਉਹਨਾਂ ਜਾਣੀ ਕਿ ਨਿੱਤ ਸਾਡੇ ਜੀਵਨ ਵਿੱਚ ਉਹਨਾਂ ਦਾ ਜਿਹੜਾ ਆ ਜਨਮ ਦਿਨ ਝਲਕਣਾ ਚਾਹੀਦਾ ਹਾਂਜੀ ਤੇ ਇਹ ਮੈਂ ਕਾਂਚੀ ਟੀਵੀ ਦਾ ਧੰਨਵਾਦ ਕਰਦਾ ਕਹਿਣ ਤੋਂ ਬਹੁਤ ਖੁਸ਼ ਹੈ ਮੈਂ ਕਹਿੰਦਾ ਹੋਰ ਵੀ ਕੋਈ ਕੋਲਰ ਆਵੇ ਗੱਲਬਾਤ ਕਰੇ ਹਾਂਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਇਹ ਪ੍ਰੋਗਰਾਮ ਲੈ ਕੇ ਥੈਂਕ ਯੂ ਜੀ ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਜੀ ਹਾਂਜੀ ਦਵਿੰਦਰ ਜੀ ਇਟਲੀ ਤੋਂ ਜੀ ਬਹੁਤ ਸੋਹਣੀ ਗੱਲ ਕਰਕੇ ਗਏ ਆ ਇਹ ਆਪਣੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੈਗੀ ਆ ਅਤੇ ਬਾਕੀ ਜਿੱਦਾਂ ਮੈਂ ਗੱਲ ਕਰਦੀ ਹੁਣ ਟਾਈਮ ਸਾਡਾ ਥੋੜ੍ਹਾ ਹੀ ਰਹਿੰਦਾ ਆ ਜਿੱਦਾਂ ਕਹਿੰਦੇ ਆ ਵੀ ਹਿਰਦੇ ਕਰੀ ਰੋਸ਼ਨ ਦੇਵੀ ਨਾਮ ਆਪਣਾ ਸੇਵਾ ਭਗਤੀ ਦੀ ਸੇਵਾ ਭਗਤੀ ਜਿਹੜੀ ਉਹ ਜ਼ਰੂਰੀ ਆ ਜਿਹੜਾ ਅਸੀਂ ਬਾਣੀ ਆ ਬਾਣੀ ਦੇ ਇੱਕ ਇੱਕ ਅੱਖਰ ਵੀ ਅਸੀਂ ਰੋਜ਼ ਦਾ ਅਡੋਪਟ ਕਰੀਏ ਰੋਜ਼ ਅਸੀਂ ਉਹਦੇ 'ਤੇ ਧਿਆਨ ਦੇਈਏ ਤਾਂ ਅਸੀਂ ਬਹੁਤ ਕੁਛ ਪਾ ਸਕਦੇ ਹਾਂ ਪਰ ਅਸੀਂ ਬਾਣੀ ਸੁਣਦੇ ਵੀ ਹਾਂ ਅਸੀਂ ਪੜ੍ਹਦੇ ਵੀ ਹਾਂ ਉੱਥੋਂ ਅਸੀਂ ਗੱਲ ਖਤਮ ਕਰ ਦਿੰਦੇ ਹਾਂ ਇਹ ਖਤਮ ਕਰਨ ਵਾਲੀ ਗੱਲ ਨਹੀਂ ਹੈਗੀ ਇਹ ਬਾਣੀ ਜਿਹੜੀ ਆ ਨਾ ਇਹ ਇੱਕ ਤਰ੍ਹਾਂ ਦਾ ਸਾਨੂੰ ਉਹ ਖਜ਼ਾਨਾ ਦੇ ਗਏ ਆ ਖਜ਼ਾਨਾ ਜਿਹੜਾ ਇਹ ਅਸੀਂ ਸੰਭਾਲ ਕੇ ਰੱਖਣਾ ਆ ਇਹਦੇ 'ਤੇ ਅਸੀਂ ਪੜ੍ਹਨਾ ਹੀ ਨਹੀਂ ਹੈਗਾ ਇਹਦੇ 'ਤੇ ਅਸੀਂ ਵਿਚਾਰ ਵੀ ਕਰਨੀ ਆ ਇਹ 'ਤੇ ਗੌਰ ਵੀ ਕਰਨੀ ਆ ਤਾਂ ਇਹਦੇ ਲੜ ਵੀ ਲੱਗਣਾ ਆ ਇਹਦੇ ਲੜ ਲੱਗ ਕੇ ਹੀ ਅਸੀਂ ਕੁਛ ਪਾ ਸਕਦੇ ਹਾਂ ਅਤੇ
देखो जी ये जिहड़े दिन आउंदे आ ये सिर्फ ये नहीं एक दिन की नहीं गल हुंदी ये तो सदा ही सानू इन्हां दीआं लोड़ां आ बाणी दे नाल भी असीं सदा ही जोड़ना आ ते असीं जो भी सानू गल चंगी हैगी आ उहदे ते असीं जाणा आ ये नहीं कि जो कोई कहिंदा आ कोई कुछ कही जांदा कोई असीं उधर नूं नहीं जाणा हैगा असीं तां बस उहदी रजा 'च ही रहि के जो करना आ जे उह करे करावे आप जे उह कराउण वाला जो भी कराउंदा आ अपने वालों सही कराउंदा आ ते जिन्नियां भी मैं गल्लां कीतियां आ मेरे स्रोतियां ने गल्लां कीतियां आ ते कांशी टीवी का कोई लैना देना नहीं हैगा स्रोतियां दी अपनियां गल्लां बातां सीगियां मेरियां अपनियां गल्लां आ मेरे अपने भी उहनां दे अपने आ ते तुसीं जिद्दां जिन्ने भी प्रोग्राम हुंदे आ ते कांशी टीवी दे तुसीं ध्यान नाल सुणिया भी करो सपोर्ट भी करिया करो कांशी टीवी दी ते कांशी टीवी तुहाडे नाल ही आ तुसीं कांशी टीवी दे नाल आ ते अगले हफ्ते तो नहीं मेरे तो आ होना मैनू कोई थोड़ा जिहा काम आ ते उह छड्ड के तो फिर मैं हाजरी लाऊंगी ते जिन्ने मेरे स्रोते आए आ तो सारे हमेशा ही चढ़दी कला 'च रहन खुश रहन तंदुरुस्त रहन सतगुरु जी उन्हां नूं बस हमेशा खुश रखन ते कोई निक्की जी छोटी जी कहानी लै के फिर मैं आऊंगी तो फिर इदां ही गल्लां बातां अपनियां चलणगियां ते जिन्ने भी स्रोते आ सारिआं नूं मेरे वल्लों प्यारी प्यारी मिठी मिठी निक्की निक्की जय गुरदेव धन गुरदेव।